ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜ ਆਪ ਸਟੱਡੀ ਦੇ ਵਿੱਚ ਸੋ ਹਾਜ਼ਰਾਂ ਤੁਹਾਡੇ ਲਈ ਮੈਥਮੈਟਿਕਸ ਦੀ ਕਲਾਸ ਲੈ ਕੇ ਸੋ ਜਿਹੜੇ ਬੱਚੇ ਪੰਜਾਬ ਪੁਲਿਸ ਦੀ ਭਾਰਤੀ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਵਾਸਤੇ ਇਹ ਆਪਣਾ ਸਪੈਸ਼ਲ ਬੈਚ ਹੈਗਾ ਮਿਸ਼ਨ ਪੰਜਾਬ ਪੁਲਿਸ 2021 ਸੋ ਜੇਕਰ ਤੁਸੀਂ ਆਪਣੇ ਚੈਨਲ ਦੇ ਨਾਲ ਇਸ ਵੀਡੀਓ ਦੇ ਜਰੀਏ ਪਹਿਲੀ ਵਾਰ ਜੁੜ ਰਹੇ ਹੋ ਤਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਕੇ ਤੁਸੀਂ ਪਿਛਲੀਆਂ ਸਾਰੀਆਂ ਕਲਾਸਾਂ ਦਾ ਲਿੰਕ ਲੈ ਸਕਦੇ ਹੋ ਪਲੇਲਿਸਟ ਦਾ ਲਿੰਕ ਤੁਹਾਨੂੰ ਮਿਲ ਜਾਏਗਾ ਤੇ ਨਾਲ ਹੀ ਤੁਸੀਂ ਜੇਕਰ ਪਹਿਲੀ ਵਾਰ ਜੁੜੇ ਹੋ ਤਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਕੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲੈ ਕਰ ਲੈਣੇਗਾ ਕਿਉਂਕਿ ਇਸ ਤਰ੍ਹਾਂ ਦੀਆਂ ਵੀਡੀਓਜ਼ ਆਪਣੇ ਚੈਨਲ ਤੇ ਆਉਂਦੀਆਂ ਹੀ ਰਹਿਣਗੀਆਂ ਸੋ ਪ੍ਰੋਫਿਟ ਐਂਡ ਲਾਸ ਦਾ ਜਿਹੜਾ ਆਪਣਾ ਚੈਪਟਰ ਚੱਲ ਰਿਹਾ ਸੀਗਾ ਉਸ ਦਾ ਅੱਜ ਲਾਸਟ ਦਿਨ ਹੋਏਗਾ ਠੀਕ ਹੈ ਪ੍ਰੋਫਿਟ ਐਂਡ ਲਾਸ ਆਪਣਾ ਅੱਜ ਚੈਪਟਰ ਕੰਪਲੀਟ ਹੋ ਜਾਏਗਾ ਉਸ ਤੋਂ ਬਾਅਦ ਆਪਾਂ ਸਿੰਪਲ ਇੰਟਰਸਟ ਵਾਲਾ ਚੈਪਟਰ ਸਟਾਰਟ ਕਰ ਲਾਂਗੇ ਇਸ ਤੋਂ ਪਹਿਲਾਂ ਇਹ ਸਾਰੇ ਚੈਪਟਰ ਆਪਣੇ ਕੰਪਲੀਟ ਹੋ ਚੁੱਕੇ ਨੇ ਤੇ ਨਾਲ ਹੀ ਤੁਹਾਡੇ ਵਾਸਤੇ ਪ੍ਰੈਕਟਿਸ ਸੀਰੀਜ਼ ਵੀ ਫਿਰ ਆਪਾਂ ਸਟਾਰਟ ਕਰ ਦੇਾਂਗੇ ਤਾਂ ਦੇਖੋ ਆਪਣਾ 40ਵਾਂ ਦਿਨ ਹੈਗਾ ਇਸ ਕਲਾਸ ਦਾ ਠੀਕ ਹੈ ਪ੍ਰੋਫਿਟ ਐਂਡ ਲੌਸ ਦਾ ਅੱਜ ਆਪਣਾ 6ਵਾਂ ਦਿਨ ਹੈਗਾ ਤੇ ਨਾਲ ਹੀ ਤੁਸੀਂ ਇੱਥੋਂ ਆਈ ਬਟਨ ਜਿਹੜਾ ਉੱਪਰ ਸ਼ੋ ਹੁੰਦਾ ਹੈ ਉਸ ਦੇ ਵਿੱਚੋਂ ਤੁਸੀਂ ਪਲੇਲਿਸਟਾਂ ਦਾ ਲਿੰਕ ਲੈ ਸਕਦੇ ਹੋ ਪਿਛਲੀਆਂ ਸਾਰੀਆਂ ਕਲਾਸਾਂ ਤੁਸੀਂ ਦੇਖ ਸਕਦੇ ਹੋ ਸੋ ਦੇਖੋ ਪਿਛਲੀ ਕਲਾਸ ਦੇ ਵਿੱਚ ਆਪਣਾ ਜੋ ਤੁਹਾਨੂੰ ਕਰਵਾਇਆ ਸੀ ਕਿ ਇੱਕ ਵਿਅਕਤੀ ਨੇ ਇੰਨੀਆਂ ਵਸਤੂਆਂ ਖਰੀਦੀਆਂ ਤੇ ਉਹ ਇੰਨੇ ਦੇ ਵਿੱਚ ਵੇਚ ਦਿੰਦਾ ਹੈਗਾ ਇੱਕ ਤਰ੍ਹਾਂ ਮਿਕਸਡ ਜਿਹੜੇ ਹੁੰਦੇ ਸੀਗੇ ਉਸ ਦੀ ਸਟੇਟਮੈਂਟ ਹੁੰਦੀ ਸੀਗੀ ਠੀਕ ਹੈ ਪਜਲ ਕਰਦੀ ਸੀਗੀ ਜਿਹੜੀ ਉਸ ਤਰ੍ਹਾਂ ਦੇ ਹੀ ਸਵਾਲ ਦੇਖੋ ਅੱਜ ਹੋਣਗੇ ਠੀਕ ਹੈ ਤੇ ਨਾਲ ਹੀ ਆਪਾਂ ਡਿਸਕਾਊਂਟ ਵੀ ਇਸ ਦੀ ਕਲਾਸ ਦੇ ਵਿੱਚ ਹੀ ਕਰ ਲਾਂਗੇ ਅੱਜ ਤਾਂ ਦੇਖੋ ਸਭ ਤੋਂ ਪਹਿਲੀ ਸਟੇਟਮੈਂਟ ਕੀ ਹੈਗੀ ਇਸਦੀ ਇੱਕ ਵਿਅਕਤੀ ਨੇ 12 ਸੇਬ 10 ਰੁਪਏ ਵਿੱਚ ਖਰੀਦੇ ਠੀਕ ਹੈ 12 ਸੇਬ 10 ਰੁਪਏ ਵਿੱਚ ਖਰੀਦੇ ਤੇ 15 ਸੇਬ 14 ਰੁਪਏ ਵਿੱਚ ਵੇਚ ਦਿੱਤੇ ਤਾਂ ਲਾਭ ਜਾਂ ਹਾਨੀ ਕੀ ਹੋਏਗਾ ਠੀਕ ਹੈ ਇਹ ਪਤਾ ਕਰਨਾ ਹੈ ਤੇ ਉਸਦੀ ਪਰਸੈਂਟ ਪਤਾ ਕਰਨਾ ਹੈ ਕਿ ਕੀ ਹੋਏਗਾ ਠੀਕ ਹੈ ਲਾਭ ਜਾਂ ਹਾਨੀ ਦੀ ਇੱਥੇ ਪਰਸੈਂਟ ਲਿਖ ਲਓ ਆਪਾਂ ਪਰਸੈਂਟ ਪਤਾ ਕਰਾਂਗੇ ਲਾਭ ਜਾਂ ਹਾਨੀ ਦੀ ਕਿੰਨੀ ਪਰਸੈਂਟ ਹੋਏਗੀ ਤਾਂ ਦੇਖੋ ਸਭ ਤੋਂ ਪਹਿਲਾਂ ਆਪਾਂ ਨੂੰ ਕਿਹਾ ਗਿਆ ਹੈ ਕਿ 12 ਸੇਬ 10 ਰੁਪਏ ਵਿੱਚ ਖਰੀਦੇ ਤੇ 15 ਸੇਬ 14 ਰੁਪਏ ਦੇ ਵਿੱਚ ਵੇਚ ਦਿੱਤੇ ਠੀਕ ਹੈ ਇੱਥੋਂ ਆਪਾਂ ਪਤਾ ਕਰਾਂਗੇ ਕਿ ਇਸ ਨੂੰ ਲਾਭ ਹੋਇਆ ਕਿ ਹਾਨੀ ਹੋਈ ਹੈ ਦੇਖੋ ਸਭ ਤੋਂ ਪਹਿਲਾਂ ਸਟੇਟਮੈਂਟ ਦੇ ਵੱਲ ਜਾਓਗੇ ਤੇ ਦੇਖੋ ਇੱਥੇ ਲਿਖ ਲਓ ਸੇਬ ਮਤਲਬ ਕਿ ਜਿਹੜੀ ਵੀ ਵਸਤੂ ਹੋਏਗੀ ਸੇਬ ਨੂੰ ਚਲੋ ਆਪਾਂ ਐਪਲ ਲਿਖ ਲੈਨੇ ਆ ਏ ਠੀਕ ਹੈ ਤੇ ਰੁਪਏ ਨੂੰ ਆਪਾਂ ਆਰ ਲਿਖ ਲੈਨੇ ਆ ਰੁਪਏ ਤਾਂ ਉਸ ਤੋਂ ਬਾਅਦ ਜਿਹੜੀਆਂ ਵਸਤੂਆਂ ਹੋਣਗੀਆਂ ਉਹਨਾਂ ਨੂੰ ਆਪਾਂ ਇੱਕ ਪਾਸੇ ਲਿਖਣਾ ਹੈਗਾ ਠੀਕ ਹੈ ਤੇ ਜਿਹੜੇ ਰੁਪਏ ਹੋਣਗੇ ਉਹਨਾਂ ਨੂੰ ਅਲੱਗ ਪਾਸੇ ਲਿਖਣਾ ਹੈਗਾ ਦੇਖੋ ਇੱਥੇ ਹੋ ਜਾਏਗਾ ਵਸਤੂਆਂ 12 ਸੀਗੀਆਂ ਮਤਲਬ ਕਿ 12 ਸੇਬ ਸੀਗੇ ਉਸ ਤੋਂ ਬਾਅਦ 15 ਸੇਬ ਸੀਗੇ ਆਪਾਂ ਨੇ ਇੱਥੇ 15 ਲਿਖ ਲਿਆ ਠੀਕ ਹੈ ਉਸ ਤੋਂ ਬਾਅਦ ਰੁਪਏ 12 ਸੇਬ ਸੀਗੇ ਜਿਹੜੇ 10 ਰੁਪਏ ਦੇ ਵਿੱਚ ਆਏ ਸੀਗੇ ਇੱਥੇ ਰੁਪਏ 10 ਲਿਖ ਲੇ ਤੇ ਜਿਹੜੇ 15 ਸੇਬ ਸੀਗੇ ਕਿੰਨੇ ਦੇ ਵਿੱਚ ਆਏ ਸੀਗੇ ਉਹ ਆਏ ਸੀਗੇ 14 ਰੁਪਏ ਦੇ ਵਿੱਚ ਮਤਲਬ ਕਿ ਵੇਚੇ ਸੀਗੇ ਠੀਕ ਹੈ ਇਹ ਸੀਗਾ ਸੀਪੀ ਸਾਰਾ ਠੀਕ ਹੈ ਇਹ ਸੀਗਾ ਐਸਪੀ ਮਤਲਬ ਕਿ ਦੇਖੋ ਆ ਖਰੀਦੇ ਜਾਣ ਦੀ ਗੱਲ ਕੀਤੀ ਸੀਗੀ ਆਪਾਂ ਨੇ ਜਦੋਂ ਇੱਥੇ ਕ੍ਰਿਤੇ ਸੀਗੇ ਦੇਖੋ ਠੀਕ ਹੈ ਨੀਚੇ ਵਾਲੇ ਵਿੱਚ ਸੀਗੇ ਹੁਣ ਦੇਖੋ ਆਪਾਂ ਨੇ ਕੀ ਕਰਨਾ ਹੈਗਾ ਵਸਤੂਆਂ ਜਰ ਪਏ ਜਦੋਂ ਸੰਖਿਆ ਕੋਈ 1 ਹੋਏਗੀ ਆਪਾਂ ਫੇਰ ਹੀ ਪਤਾ ਕਰ ਸਕਦੇ ਹਾਂ ਕਿ ਲਾਭ ਹੋਇਆ ਹੈ ਕਿ ਹਾਨੀ ਮਤਲਬ ਕਿ ਕੋਈ 1 ਯੂਨਿਟ ਹੋਏਗੀ ਜਦੋਂ ਉਸ ਦੀ ਫੇਰ ਹੀ ਆਪਾਂ ਪਤਾ ਕਰ ਸਕਾਂਗੇ ਕਿ ਲਾਭ ਹੋਇਆ ਹੈ ਕਿ ਹਾਨੀ ਤਾਂ ਆਪਾਂ ਕੀ ਕਰਾਂਗੇ ਦੇਖੋ ਇਸ ਦਾ ਜਿਹੜਾ ਵਸਤੂਆਂ ਹੋਣ ਗਿਆ ਜਿਵੇਂ ਕਿ ਸੇਬ ਨੇ ਆਪਣੇ ਕੋਲ ਇਹਨਾਂ ਦਾ ਦੋਨਾਂ ਦੀ ਆਪਾਂ ਵੈਲਿਊ 1 ਬਣਾ ਲਾਂਗੇ 1 ਕੋ ਜੀ ਬਣਾ ਲਾਂਗੇ ਮਤਲਬ ਕਿ ਇਸ ਤਰ੍ਹਾਂ ਦੀ ਸੰਖਿਆ ਦੇ ਨਾਲ ਦੋਨਾਂ ਨੂੰ ਗੁਣਾ ਕਰਾਂਗੇ ਕਿ ਦੋਨਾਂ ਦੀ ਵੈਲਿਊ ਇੱਕ ਹੋ ਜੇ ਤਾਂ ਕਿਉਂ ਨਾ ਆਪਾਂ ਦੇਖੋ ਆਹ ਵਾਲੇ 15 ਦੀ ਗੁਣਾ ਆਹ 12 ਦੇ ਨਾਲ ਇੱਥੇ ਕਰ ਦਈਏ ਸੌਰੀ 15 ਦੀ ਗੁਣਾ ਕਰਤੀ ਤੇ ਉੱਪਰਲੇ 12 ਦੀ ਗੁਣਾ ਨੀਚੇ ਵਾਲੇ 15 ਦੇ ਨਾਲ ਕਰ ਲਈਏ ਠੀਕ ਹੈ ਤਾਂ ਇਹਨਾਂ ਦੀ ਜਦੋਂ ਆਪਾਂ ਗੁਣਾ ਕਰਾਂਗੇ ਦੇਖੋ 180 180 ਬਣ ਰਿਹਾ ਹੈਗਾ ਦੋਨਾਂ ਦਾ ਦੇਖੋ ਇੱਥੇ ਵੀ 180 ਬਣ ਗਿਆ ਠੀਕ ਹੈ ਇੱਥੇ ਵੀ 180 ਤਾਂ ਜਦੋਂ ਆਪਾਂ ਨੇ ਗੁਣਾ ਇੱਥੇ ਕੀਤੀ 15 ਦੀ ਦੇਖੋ 12 ਦੇ ਨਾਲ ਇੱਥੇ ਵੀ 15 ਦੀ 12 ਦੇ ਨਾਲ 15 ਦੀ 10 ਦੇ ਨਾਲ ਹੋਣੀ ਚਾਹੀਦੀ ਹੈਗੀ ਠੀਕ ਹੈ ਇੱਥੇ ਆਪਾਂ 15 ਦੀ ਗੁਣਾ ਕਰ ਲਾਂਗੇ ਮਤਲਬ ਕਿ ਗੁਣਾ ਕਰਕੇ ਦੇਖੋ ਆਪਾਂ ਨੂੰ ਪਤਾ ਹੀ ਹੈ ਕਿ 15 ਦੀ 10 ਦੇ ਨਾਲ ਗੁਣਾ ਕੀਤੀ 150 ਆਪਣੇ ਕੋਲ ਆ ਜਾਏਗਾ ਜਿਵੇਂ ਇੱਥੇ 15 ਦੀ ਜਦੋਂ ਆਪਾਂ ਨੇ ਗੁਣਾ ਕੀਤੀ ਸੌਰੀ ਇੱਥੇ 12 ਦੀ ਕਰਨੀ ਹੈਗੀ ਦੁਬਾਰਾ ਸਮਝੋ ਦੇਖੋ ਉੱਪਰ ਆਪਾਂ ਨੇ 15 ਦੀ ਗੁਣਾ ਕਰਤੀ ਨੀਚੇ ਵਾਲੇ ਦੀ ਠੀਕ ਹੈ ਤੇ نیچے ਆਪਾਂ ਨੇ ਉੱਪਰ ਵਾਲੇ ਦੀ ਆ 12 ਦੀ ਗੁਣਾ ਕਰਤੀ ਠੀਕ ਹੈ ਤੇ ਦੇਖੋ ਜਦੋਂ ਆਪਾਂ ਨੇ ਇੰਨਾ ਸੰਖਿਆ ਦੇ ਨਾਲ ਸੇਬਾਂ ਦੇ ਨਾਲ ਗੁਣਾ ਕਰ ਲਈ ਤਾਂ ਉਹ ਗੁਣਾ ਰੁਪਏਆਂ ਦੇ ਨਾਲ ਵੀ ਹੋਏਗੀ ਰੁਪਏਆਂ ਦੇ ਨਾਲ ਵੀ ਹੋਏਗੀ ਤਾਂ ਉੱਪਰ 15 ਦੀ ਗੁਣਾ ਕੀਤੀ ਸੀਗੀ ਇੱਧਰ ਵੀ 15 ਦੀ ਗੁਣਾ ਹੋ ਜੇਗੀ ਠੀਕ ਹੈ ਮਤਲਬ ਕਿ ਨਾਲ 10 ਦੇ ਨਾਲ ਕੀਤੀ ਹੈ ਜਦੋਂ 150 ਹੋ ਜਾਏਗਾ ਤਾਂ 15 ਦੀ 12 ਦੇ ਨਾਲ ਗੁਣਾ ਕੀਤੀ ਹੈ ਤਾਂ ਆਪਾਂ ਤਾਂ 12 ਦੀ ਇੱਥੇ 14 ਦੇ ਨਾਲ ਵੀ ਗੁਣਾ ਹੋਏਗੀ ਠੀਕ ਹੈ 14 ਦੀ 12 ਦੇ ਨਾਲ ਜਦੋਂ ਗੁਣਾ ਕੀਤੀ ਤਾਂ ਇੱਥੇ 168 ਬਣ ਜਾਏਗਾ ਤਾਂ ਦੇਖੋ ਇਹ ਆਪਾਂ ਨੇ ਸੀਪੀ ਕਿਹਾ ਸੀਗਾ ਠੀਕ ਹੈ ਨੀਚੇ ਵਾਲਾ ਸੀਗਾ ਐਸਪੀ ਸੀਪੀ ਤੇ ਐਸਪੀ ਸੀਪੀ ਤੇ ਐਸਪੀ ਠੀਕ ਹੈ ਇਹ ਤੁਹਾਨੂੰ ਪਤਾ ਸੀਗਾ ਇੱਕ ਖਰੀਦ ਮੁੱਲ ਸੀਪੀ ਦਾ ਮਤਲਬ ਖਰੀਦ ਮੁੱਲ ਐਸਪੀ ਦਾ ਮਤਲਬ ਵੇਚ ਮੁੱਲ ਮਤਲਬ ਕਿ 150 ਰੁਪਏ ਤਾਂ ਖਰੀਦ ਮੁੱਲ ਲਏਗਾ ਉਹਨਾਂ ਦਾ ਠੀਕ ਹੈ ਜਿਹੜਾ ਵੇਚ ਮੁੱਲ ਹੈ ਉਹ 168 ਰੁਪਏ ਆ ਰਿਹਾ ਹੈਗਾ ਮਤਲਬ ਕਿ ਜੇਕਰ ਆਪਾਂ ਧਿਆਨ ਦੇਈਏ ਇੱਥੇ 18 ਰੁਪਏ ਉੱਥੇ ਉਸ ਨੂੰ ਪ੍ਰੋਫਿਟ ਹੋ ਰਿਹਾ ਠੀਕ ਹੈ ਜੇਕਰ ਤਾਂ ਆਪਾਂ ਨੂੰ ਕਿਹਾ ਜਾਵੇ ਕਿ ਪ੍ਰੋਫਿਟ ਕਿੰਨਾ ਹੋ ਰਿਹਾ ਜਿਵੇਂ ਕਿ ਦੇਖੋ ਸਟੇਟਮੈਂਟ ਦੇ ਵਿੱਚ ਲਾਭ ਜਾਂ ਹਾਨੀ ਪਤਾ ਕਰਨਾ ਸੀਗਾ ਠੀਕ ਹੈ ਤਾਂ ਆਪਾਂ ਇੱਥੇ ਕਹਿ ਸਕਦੇ ਹਾਂ ਕਿ 18 ਰੁਪਏ ਇੱਥੇ ਆਪਾਂ ਨੂੰ ਪ੍ਰੋਫਿਟ ਹੋ ਰਿਹਾਗਾ ਦੇਖੋ ਇੱਥੋਂ ਪਤਾ ਕਰ ਸਕਦੇ ਹਾਂ ਖਰੀਦ ਮੁੱਲ 150 ਠੀਕ ਹੈ ਬੇਚ ਮੁੱਲ 168 ਤਾਂ ਇੱਥੋਂ ਆਪਾਂ ਪਤਾ ਕਰ ਸਕਦੇ ਹਾਂ ਕਿ 18 ਰੁਪਏ ਇੱਥੇ ਪ੍ਰੋਫਿਟ ਹੋ ਰਿਹਾ ਹੈ ਪ੍ਰੋਫਿਟ ਪਰਸੈਂਟ ਪਤਾ ਕਰਨ ਦੇ ਵਾਸਤੇ ਉੱਪਰ ਲਿਖ ਦਾਂਗੇ ਪ੍ਰੋਫਿਟ ਦੇਖੋ ਉੱਪਰ ਪ੍ਰੋਫਿਟ ਪ੍ਰੋਫਿਟ ਕਿੰਨਾ ਹੋਇਆ ਸੀਗਾ 18 ਦਾ ਠੀਕ ਹੈ ਤੇ ਪ੍ਰੋਫਿਟ ਹੋਇਆ ਕਿ ਚੀਤੇ ਸੀਗਾ 150 ਤੇ ਮਤਲਬ ਕਿ ਖਰੀਦ ਮੁੱਲ ਤੇ ਹੁੰਦਾਗਾ ਗੁਣਾ ਕਰਦੇ ਹੁੰਨੇ ਆ ਕਿ ਆਪਾਂ 100 ਠੀਕ ਹੈ 50 ਦੇ ਪਹਾੜੇ ਦੇ ਵਿੱਚ ਇਹ 3 ਤੇ ਆਉਂਦਾਗਾ 50 ਦੇ ਪਹਾੜੇ 'ਚ ਇਹ 2 ਤੇ ਆਉਂਦਾਗਾ ਠੀਕ ਹੈ 3 1 3 6 3 18 ਹੁੰਦਾਗਾ ਇੱਥੇ 6 ਤੇ 2 ਦੀ ਗੁਣਾ ਕੀਤੀ ਤਾਂ 12 ਅਨਸਰ ਆ ਜਾਏਗਾ 12 ਪਰਸੈਂਟेज ਦਾ ਜਿਹੜਾ ਆਪਣਾ ਅਨਸਰ ਬਣ ਰਿਹਾਗਾ ਇਹ ਤਾਂ ਦੇਖੋ ਲੱਗਿਆ ਤੁਹਾਨੂੰ ਔਖਾ ਇੱਕ ਤਰ੍ਹਾਂ ਜਦੋਂ ਆਪਾਂ ਦੇਖੋ 12 ਦੀ 15 ਦੇ ਨਾਲ ਗੁਣਾ ਕੌਣ ਕਰੇ ਇੰਨੀ ਔਖੀ ਪੇਪਰ ਦੇ ਵਿੱਚ ਤਾਂ ਆਪਾਂ ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖੋ ਸੋਲਵ ਕਰ ਸਕਦੇ ਆ ਕਿ 12 ਤੇ ਦੇਖੋ ਆਪਾਂ ਨੇ 12 ਤੇ 15 ਦੀ ਇੱਥੇ ਇਹਨਾਂ ਦੀ ਗੁਣਾ ਵੀ ਕੀਤੀ ਆਪਣੇ ਕੰਮ ਤਾਂ ਕੋਈ ਨਹੀਂ ਆਈ ਆਪਣੇ ਕੰਮ ਤਾਂ ਇਹ ਚੀਜ਼ ਆਈ ਹੈਗੀ ਹੁਣ ਤੁਹਾਨੂੰ ਦੇਖੋ ਇੱਕ ਤਰੀਕਾ ਆਪਾਂ ਹੋਰ ਦੱਸ ਦਿੰਨੇ ਆ ਇਸ ਨੂੰ ਸੋਲਵ ਕਰਨ ਦਾ ਇਹ ਚੀਜ਼ ਸਾਰਾ ਜਿਹੜਾ ਕਿ ਇੱਥੋਂ ਤੱਕ ਦਾ ਪ੍ਰੋਸੈਸ ਤੁਸੀਂ ਨੇ ਇੱਕ ਤਰ੍ਹਾਂ ਬਣਾ ਲੈਣਾ ਹੈਗਾ ਆਪਣੇ ਦਿਮਾਗ ਦੇ ਵਿੱਚ ਉਸ ਤੋਂ ਬਾਅਦ ਕੀ ਕਰਨਾ ਹੈ ਰੁਪਈਆਂ ਵਾਲੇ ਪਾਸੇ ਹੀ ਗੁਣਾ ਲਿਖਣੀ ਹੈਗੀ ਜਿੱਧਰ ਰੁਪਏ ਹੋਣਗੇ ਕਿਉਂਕਿ ਆਪਾਂ ਪਰਸੈਂਟ ਰੁਪਈਆਂ ਤੇ ਕੱਢਣਾ ਹੈ ਆਪਾਂ ਨੇ ਵਸਤੂਆਂ ਦਾ ਆਪਾਂ ਨੂੰ ਕੋਈ ਮਤਲਬ ਨਹੀਂ ਹੈਗਾ ਠੀਕ ਹੈ ਤਾਂ ਹੁਣ ਦੇਖੋ ਆਪਾਂ ਨੇ 12 ਤੇ 14 ਦੀ ਗੁਣਾ ਕਰਨੀ ਹੈਗੀ ਇਸ ਤਰ੍ਹਾਂ ਕਰਾਸ 15 ਦੀ 10 ਦੇ ਨਾਲ ਗੁਣਾ ਕੀਤੀ ਤਾਂ ਆਪਣੇ ਕੋਲ ਕਿੰਨਾ ਆ ਜਾਏਗਾ ਇੱਥੇ 150 ਠੀਕ ਹੈ ਤੇ 12 ਦੀ 14 ਦੇ ਨਾਲ ਗੁਣਾ ਕੀਤੀ 12 ਦੀ 14 ਦੇ ਨਾਲ ਕੀਤੀ ਸੀਗੀ 168 ਆ ਜਾਏਗਾ ਉਹੀ ਚੀਜ਼ ਆ ਗਈ ਇੱਥੇ ਜਿਹੜਾ 180 ਆਇਆ ਸੀਗਾ ਠੀਕ ਹੈ ਉਹ ਤਾਂ ਆਪਾਂ ਨੇ ਕੋਈ ਕਾਊਂਟ ਨਹੀਂ ਕੀਤਾ ਉਸ ਦੀ ਤਾਂ ਆਪਾਂ ਨੂੰ ਜ਼ਰੂਰਤ ਵੀ ਨਹੀਂ ਹੈਗੀ ਤਾਂ ਹੁਣ ਦੇਖੋ ਇੱਥੇ ਕਿੰਨੇ ਦਾ ਲਾਭ ਹੋ ਰਿਹਾਗਾ 18 ਦਾ ਠੀਕ ਹੈ 18 ਦਾ ਜਿਹੜਾ ਲਾਭ ਹੋ ਰਿਹਾ ਉਹ ਤੁਹਾਨੂੰ ਕੱਢ ਕੇ ਦਿਖਾਤਾ ਸੀਗਾ ਕਿ ਕਿਸ ਤਰ੍ਹਾਂ ਹੋਏਗਾ ਠੀਕ ਹੈ 18/150 ਲਿਖ ਕੇ ਉਸ ਤਰ੍ਹਾਂ ਤੁਸੀਂ ਸੋਲਵ ਕਰ ਸਕਦੇ ਹੋ ਬਾਕੀ ਚਲੋ ਅਗਲੇ ਪ੍ਰਸ਼ਨ ਦੇ ਵੱਲ ਚੱਲਦੇ ਹਾਂ ਦੇਖੋ ਇੱਕ ਵਿਅਕਤੀ ਨੇ 7 ਪੈਨ 9 ਰੁਪਏ ਦੇ ਵਿੱਚ ਖਰੀਦੇ ਨੇ ਠੀਕ ਹੈ 7 ਪੈਨ 9 ਰੁਪਏ ਦੇ ਵਿੱਚ ਖਰੀਦੇ ਨੇ ਤੇ 8 ਪੈਨ ਖਰੀਦੇ ਨੇ 10 ਰੁਪਏ ਦੇ ਵਿੱਚ 7 ਪੈਨ 9 ਰੁਪਏ ਦੇ ਵਿੱਚ ਤੇ 8 ਪੈਨ 10 ਰੁਪਏ ਦੇ ਵਿੱਚ ਵੇਚ ਦਿੱਤੇ ਨੇ ਸੌਰੀ ਠੀਕ ਹੈ ਦੇਖੋ 7 ਪੈਨ 9 ਰੁਪਏ ਦੇ ਵਿੱਚ ਖਰੀਦ ਲਏ ਉਸਨੇ ਤੇ 8 ਪੈਨ ਉਸਨੇ 10 ਰੁਪਏ ਦੇ ਵਿੱਚ ਵੇਚਤੇ ਤਾਂ ਲਾਭ ਜਾਂ ਹਾਨੀ ਪਤਾ ਕਰੋ ਲਾਭ ਜਾਂ ਹਾਨੀ ਪਤਾ ਕਰਨੀ ਇੱਕ ਤਾਂ ਤੇ ਇੱਕ ਆਪਾਂ ਲਾਭ ਤੇ ਹਾਨੀ ਦੀ ਪਰਸੈਂਟ ਵੀ ਪਤਾ ਕਰਾਂਗੇ ਠੀਕ ਹੈ ਇੱਥੇ ਲਿਖਣ ਦੇ ਵਿੱਚ ਰਹਿ ਗਿਆ ਆਪਾਂ ਪਰਸੈਂਟ ਵੀ ਪਤਾ ਕਰ ਲਾਂਗੇ ਇਸ ਦੀ ਤਾਂ ਦੇਖੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇੱਥੇ ਪੈਨ ਪੀ ਲਿਖ ਲਓ ਰੁਪਏ ਨੂੰ ਲਿਖ ਲਓ ਆਰ ਠੀਕ ਹੈ ਪਹਿਲਾਂ ਸੀਪੀ ਵਾਲੇ ਲਿਖ ਲਾਂਗੇ ਫਿਰ ਲਿਖ ਲਾਂਗੇ ਆਪਾਂ ਐਸਪੀ ਵਾਲੇ ਠੀਕ ਹੈ ਸੀਪੀ ਵਾਲੇ ਆ ਸੀਗੇ ਦੋਨੋਂ ਠੀਕ ਹੈ 7 ਪੈਨ ਇੱਥੇ 7 ਲਿਖ ਲਿਆ ਤਰਪਾਈ ਕਿੰਨੇ ਸੀਗੇ 9 ਆਪਾਂ ਨੇ ਇੱਥੇ 9 ਲਿਖ ਲਿਆ ਉਸ ਤੋਂ ਬਾਅਦ ਦੇਖੋ ਐਸਪੀ ਵਾਲੇ ਵੇਚਿਆ ਸੀਗਾ ਕਿੰਨੇ ਦੇ ਵਿੱਚ ਦੇਖੋ ਵੇਚਿਆ ਸੀਗਾ 8 ਪੈਨ 10 ਰੁਪਏ ਦੇ ਵਿੱਚ ਠੀਕ ਹੈ 8 ਪੈਨ ਆਪਾਂ 8 ਲਿਖ ਲਿਆ ਕਿੰਨੇ ਦੇ ਵਿੱਚ ਵੇਚਿਆ ਸੀਗਾ 10 ਦੇ ਵਿੱਚ ਠੀਕ ਹੈ ਆਪਾਂ ਨੇ ਇੱਥੇ 10 ਲਿਖ ਲਿਆ ਤਾਂ ਉਸ ਤੋਂ ਬਾਅਦ ਤੁਹਾਨੂੰ ਕੀ ਦੱਸਿਆ ਸੀਗਾ ਕਿ ਆਪਾਂ ਨੇ ਕ੍ਰੋਸ ਮਲਟੀਪਲਾਈ ਕਰਨੀ ਹੁੰਦੀ ਹੈਗੀ ਇੱਥੇ ਆ ਜਾਏਗਾ 70 ਤੇ ਇੱਥੇ 8 ਦੀ 9 ਨਾਲ ਗੁਣਾ ਕੀਤੀ ਇੱਥੇ ਆ ਜਾਏਗਾ 72 ਤਾਂ ਦੇਖੋ 72 ਰੁਪਏ ਦੀ ਚੀਜ਼ ਖਰੀਦੀ ਹੈ ਤੇ 70 ਦੀ ਵਿੱਚ ਜਾ ਰਹੀ ਹੈਗੀ ਤਾਂ ਇੱਥੇ ਜੇਕਰ ਆਪਾਂ ਦੇਖੀਏ 2 ਰੁਪਏ ਦਾ ਲਾਸ ਹੋ ਰਿਹਾਗਾ ਠੀਕ ਹੈ ਲਾਸ ਦੇ ਅੱਗੇ ਘਟਾ ਦੀ ਨਿਸ਼ਾਨੀ ਲਿਖ ਲਿਆ ਕਰੋ ਆਪਾਂ ਨੂੰ ਇੱਕ ਤਰ੍ਹਾਂ ਨਿਸ਼ਾਨੀ ਰਹਿ ਆ ਕਰੇਗੀ ਕਿ 2 ਰੁਪਏ ਦਾ ਲਾਸ ਹੋ ਰਿਹਾ ਠੀਕ ਹੈ ਇੱਥੇ ਆਪਾਂ ਨੇ ਲਾਭ ਜਾਂ ਹਾਨੀ ਪਤਾ ਕਰਨਾ ਸੀਗਾ ਆਪਾਂ ਨੇ ਪਤਾ ਕਰ ਲਿਆ ਕਿ ਆਪਾਂ ਨੂੰ 2 ਰੁਪਏ ਦਾ ਲਾਸ ਹੋ ਰਿਹਾ 2 ਰੁਪਏ ਦੀ ਹਾਨੀ ਹੋ ਰਹੀ ਹੈ ਤੇ ਆਪਾਂ ਜੇਕਰ ਪਤਾ ਕਰਨਾ ਹੋਵੇ ਕਿ ਲਾਸ ਪਰਸੈਂਟ ਕਿਵੇਂ ਪਤਾ ਕਰਾਂਗੇ ਆਪਾਂ ਨੂੰ ਪਤਾ ਹੈਗਾ 2/72 ਲਿਖਾਂਗੇ ਕਿਉਂਕਿ ਖਰੀਦ ਮੁੱਲ ਇਹੀ ਹੋਏਗਾ ਠੀਕ ਹੈ 72 ਤਾਂ ਉਸ ਤੋਂ ਬਾਅਦ 100 ਦੇ ਨਾਲ ਆਪਾਂ ਇਸ ਕਰ ਦਿੰਨੇ ਹੁੰਨੇ ਹਨ ਕਿ ਗੁਣਾ ਠੀਕ ਹੈ ਗੁਣਾ ਕਰਨ ਤੋਂ ਬਾਅਦ ਦੇਖੋ ਆਪਾਂ ਇਸ ਨੂੰ ਸੋਲਵੇਸ਼ਨ ਕਿਵੇਂ ਕਰਾਂਗੇ ਇਸ ਦੀ ਤਾਂ ਇੱਥੇ ਆ ਜਾਏਗਾ ਇਸ ਦਾ ਆਨਸਰ ਆਪਣਾ 21 ਮੇ 2 ਠੀਕ ਹੈ 72 ਦਾ ਅੱਧ ਹੁੰਦਾ ਹੈਗਾ ਆਪਣਾ 36 36 ਦਾ ਅੱਧ ਹੋ ਜਾਏਗਾ 18 ਠੀਕ ਹੈ ਇੱਥੇ ਆ ਜਾਏਗਾ 50 50 ਦਾ ਅੱਧ 25 ਹੋ ਜਾਏਗਾ ਠੀਕ ਹੈ ਇੱਥੇ 9 ਹੋ ਜਾਏਗਾ ਮਤਲਬ ਕਿ 25/9 25/9 ਨੂੰ ਜੇਕਰ ਆਪਾਂ ਡਿਵਾਈਡ ਕਰੀਏ ਤਾਂ ਆਪਣਾ ਇੱਥੇ ਦੇਖੋ 25/9 ਜੇਕਰ ਆਪਸ਼ਨਾਂ ਦੇ ਵਿੱਚ ਲਿਖਿਆ ਹੋਵੇ ਦੇਖੋ 25/9 ਬਣ ਰਹੇਗਾ ਜੇਕਰ 25/10 ਹੁੰਦਾ ਤਾਂ ਆਪਣਾ 2.5 ਹੋਣਾ ਸੀਗਾ ਠੀਕ ਹੈ ਇਹ 2 2.5 ਤੋਂ ਕੁਝ ਜ਼ਿਆਦਾ ਹੋਏਗੀ ਇਸਦੀ ਵੈਲਿਊ ਦੇਖੋ ਹੁਣ ਆਪਾਂ ਨੇ ਕੀ ਲਿਖਣਾ ਸੀਗਾ 25 ਨੂੰ ਵਿੱਚ ਲਿਖ ਲਓ ਠੀਕ ਹੈ ਇੱਥੇ 9 ਨੂੰ ਲਿਖ ਲਓ ਬਾਹਰ ਠੀਕ ਹੈ 9 ਨੂੰ ਆਪਾਂ ਨੇ ਇੱਥੇ ਬਾਹਰ ਲਿਖ ਲਿਆ 9 ਦੋਣੀ 18 ਹੁੰਦਾ ਹੈਗਾ 9 ਦੋਣੀ 18 ਹੁੰਦਾ ਹੈਗਾ ਇੱਥੇ 7 ਬਚ ਜਾਏਗਾ ਠੀਕ ਹੈ ਤਾਂ ਇਸ ਤੋਂ ਬਾਅਦ ਆਪਣਾ ਜਿਹੜਾ 7 ਬਚ ਜੇਗਾ ਤਾਂ ਆਪਾਂ ਇਸ ਨੂੰ ਕਿਸ ਤਰ੍ਹਾਂ ਦੇਖੋ ਲਿਖ ਸਕਦੇ ਹਾਂ ਦੇਖੋ ਇਸ ਤੋਂ ਬਾਅਦ ਪਹਾੜੇ ਦੇ ਵਿੱਚ ਕਿਸੇ ਦੇ ਵਿੱਚ ਨਹੀਂ ਜਾ ਰਿਹਾ ਦੇਖੋ ਇਹ ਠੀਕ ਹੈ ਤਾਂ ਆਪਾਂ ਇਸ ਨੂੰ ਦੇਖੋ ਕਿਸ ਤਰ੍ਹਾਂ ਲਿਖਣਾ ਹੈਗਾ ਇੱਥੇ ਆਪਣਾ 2 ਉੱਪਰ ਬਚ ਗਿਆ ਸੀਗਾ ਇਸ ਨੂੰ ਲਿਖ ਲੈਣਾ ਹੈਗਾ 2 ਜਿਹੜਾ ਰਿਮਾਈਂਡਰ ਬਚ ਗਿਆ ਸੀਗਾ 7 ਉਸ ਨੂੰ 7 نیچے ਕਿੰਨਾ ਲਿਖਨੇਗਾ 9 ਇੱਥੇ ਲਿਖ ਲਓ ਪਰਸੈਂਟ ਇਹ ਆਪਣਾ ਹਾਨੀ ਦਾ ਪਰਸੈਂਟ ਸੀਗਾ ਕਿੰਨੀ ਪਰਸੈਂਟ ਹਾਨੀ ਹੋਈ ਹੈਗੀ ਆਪਾਂ ਨੂੰ ਇੰਨੀ ਪਰਸੈਂਟ ਹਾਨੀ ਹੋਈ ਹੈ ਇਹ ਆਪਣਾ ਇਸ ਦਾ ਰਾਈਟ ਆਨਸਰ ਹੋਏਗਾ ਉਸ ਤੋਂ ਬਾਅਦ ਦੇਖੋ ਅਗਲੇ ਪ੍ਰਸ਼ਨ ਦੇ ਵੱਲ ਵਧਦੇ ਹਾਂ ਇੱਕ ਵਿਅਕਤੀ ਨੇ 2 ਰੁਪਏ ਦੇ 5 ਸੰਤਰੇ ਖਰੀਦੇ ਤੇ 3 ਰੁਪਏ ਦੇ 7 ਸੰਤਰੇ ਵੇਚ ਦਿੱਤੇ ਲਾਭ ਜਾਂ ਹਾਨੀ ਪਤਾ ਕਰੋ ਤੇ ਇਸ ਦੀ ਪਰਸੈਂਟ ਪਤਾ ਕਰਾਂਗੇ ਆਪਾਂ ਠੀਕ ਹੈ ਇੱਥੇ ਵੀ ਲਿਖਣ ਦੇ ਵਿੱਚ ਮਿਸਟੇਕ ਰਹਿ ਗਈ ਆਪਾਂ ਲਿਖ ਲਾਂਗੇ ਸੰਤਰੇ ਨੂੰ S ਲਿਖ ਲਿਆ ਠੀਕ ਹੈ ਰੁਪਏ ਨੂੰ ਆਪਾਂ ਨੇ ਲਿਖ ਲਿਆ R ਠੀਕ ਹੈ ਉਸ ਤੋਂ ਬਾਅਦ 2 ਰੁਪਏ ਦੇ 5 ਸੰਤਰੇ ਠੀਕ ਹੈ ਤੇ 3 ਰੁਪਏ ਦੇ 7 ਸੰਤਰੇ ਠੀਕ ਹੈ ਇਹ ਚੀਜ਼ ਤੁਸੀਂ ਨੇ ਇੱਕ ਤਰ੍ਹਾਂ ਪੂਰੇ ਧਿਆਨ ਦੇ ਨਾਲ ਲਿਖਣੀ ਹੈ ਜਦੋਂ ਤੁਸੀਂ ਜੇਕਰ ਤੁਸੀਂ ਇੱਥੇ ਲਿਖਣ ਦੇ ਵਿੱਚ ਗਲਤੀ ਕਰ ਗਏ ਕਿ ਰੁਪਈਆਂ ਦੇ ਵਾਲੇ ਪਾਸੇ ਦੂਜਾ ਹੋਰ ਲਿਖ ਗਏ ਤਾਂ ਉੱਥੇ ਤੁਸੀਂ ਮਿਸਟੇਕ ਕਰ ਜਾਓਗੇ ਰੁਪਈਆਂ ਦੇ ਬਾਰੇ ਪਾਸੇ ਹੀ ਆਪਣਾ ਜਿਹੜਾ ਪ੍ਰਾਈਸ ਆਏਗਾ ਉਹ ਇਸ ਪਾਸੇ ਹੀ ਲਿਖਣਾ ਹੈਗਾ ਦੇਖੋ ਪੰਤੀਆ 15 ਹੋ ਜਾਏਗਾ ਠੀਕ ਹੈ 7 ਦੋਣੀ 14 14 ਰੁਪਏ ਦੀ ਖਰੀਦ ਕੇ ਚੀਜ਼ 15 ਦੇ ਵਿੱਚ ਰਹੇਗਾ ਠੀਕ ਹੈ 14 ਰੁਪਏ ਦੀ ਚੀਜ਼ ਖਰੀਦ ਕੇ 15 ਰੁਪਏ ਦੀ ਵੇਚੀ ਜਾ ਰਹੀ ਹੈ ਤਾਂ ਇੱਥੇ ਆਪਾਂ ਨੂੰ 1 ਰੁਪਏ ਦਾ ਲਾਭ ਹੋ ਰਿਹਾਗਾ ਠੀਕ ਹੈ ਲਾਭ 1 ਰੁਪਏ ਦਾ ਹੋ ਰਿਹਾ ਜੇਕਰ ਲਾਭ ਪਰਸੈਂਟ ਪਤਾ ਕਰਨਾ ਹੈਗਾ ਆਪਾਂ ਨੇ 1/14 100 ਦੇਖੋ 100/14 1/14 ਬਣ ਰਿਹਾਗਾ ਦੇਖੋ ਤੁਸੀਂ ਇੱਥੇ ਧਿਆਨ ਦਿਓ 1/14 ਦੀ ਤੁਹਾਨੂੰ ਵੈਲਿਊ ਆਪਾਂ ਨੇ ਦੱਸੀ ਹੋਈ ਹੈ 7 ਸਹੀ 1/7% ਹੁੰਦਾ ਹੈਗਾ ਹੋਰੇਗਾ ਲਾਭ ਦੇਖੋ ਇੱਥੋਂ ਪਤਾ ਲੱਗ ਗਿਆ ਸੀਗਾ ਤਾਂ ਆਪਾਂ ਨੇ ਇਸ ਦੇ ਨਾਲ ਲਾਭ ਲਿਖ ਲੈਣਾਗਾ ਲਾਭ ਪਰਸੈਂਟ ਹੋਰੇਗਾ ਇਹ ਤਾਂ ਇੱਥੋਂ ਇੱਕ ਚੀਜ਼ ਦੇਖੋ ਤੁਸੀਂ ਹੋਰ ਧਿਆਨ ਦਿਓ ਜਿਵੇਂ ਕਿ ਦੇਖੋ ਆਪਾਂ ਨੇ ਇੱਥੇ 14 ਤੇ 15 ਇੱਥੇ ਲਿਖਤਾ ਸੀਗਾ ਇੱਥੇ ਜਦੋਂ ਆਪਾਂ ਇਸ ਤਰ੍ਹਾਂ ਮਲਟੀਪਲਾਈ ਕਰਾਂਗੇ ਦੇਖੋ ਕਰਾਸ ਤਾਂ ਇੱਥੇ 15 5 15 ਇੱਥੇ 7 2 14 ਇਹ ਚੀਜ਼ ਇਸ ਪਾਸੇ ਨਹੀਂ ਲਿਖਣੀ ਵਸਤੂ ਵਾਲੇ ਪਾਸੇ ਜੇਕਰ ਵਸਤੂ ਵਾਲੇ ਪਾਸੇ ਲਿਖ ਰਹੇ ਹਾਂ ਤਾਂ ਦੇਖੋ ਇੱਥੇ ਇਹ ਕਿਸ ਚੀਜ਼ ਨੂੰ ਸ਼ੋਅ ਕਰ ਰਹੇ ਇਹ ਹਾਨੀ ਨੂੰ 15 ਦੀ ਖਰੀਦ ਕੇ 14 ਦੀ ਵੇਚ ਰਹੇ ਨੇ ਪਰ ਆਪਾਂ ਨੇ ਲਾਭ ਜਾਂ ਹਾਨੀ ਆਪਣੇ ਰੁਪਏਾਂ ਤੇ ਪਤਾ ਕਰਨੇ ਤਾਂ ਪਰ ਪਾਇਆ ਵਾਲੇ ਪਾਸੇ ਹੀ ਲਿਖਾਂਗੇ ਰੁਪਏਾਂ ਵਾਲੇ ਪਾਸੇ ਹੀ ਲਿਖਾਂਗੇ ਆਪਾਂ ਤਾਂ ਹੀ ਆਪਣਾ ਇਸ ਦਾ ਸਹੀ ਵੈਲਿਊ ਇਹ ਸ਼ੋਅ ਕਰੇਗਾ ਉਸ ਤੋਂ ਬਾਅਦ ਦੇਖੋ ਅਗਲੇ ਪ੍ਰਸ਼ਨ ਦੇ ਵੱਲ ਵਧਦੇ ਹਾਂ ਇੱਕ ਦੁਕਾਨਦਾਰ 10 ਰੁਪਏ ਦੇ 11 ਚਾਕਲੇਟ ਖਰੀਦਦਾ ਹੈ ਠੀਕ ਹੈ ਅਤੇ 11 ਰੁਪਏ ਦੇ 10 ਚਾਕਲੇਟ ਵੇਚ ਦਿੰਦਾ ਹੈ ਤਾਂ ਲਾਭ ਜਾਂ ਹਾਨੀ ਪ੍ਰਤੀਸ਼ਤ ਪਤਾ ਕਰੋ ਦੇਖੋ ਆਪਾਂ ਸਭ ਤੋਂ ਪਹਿਲਾਂ ਲਿਖਾਂਗੇ ਚਾਕਲੇਟ ਸੀ ਉਸ ਤੋਂ ਬਾਅਦ ਰੁਪਏ ਨੂੰ ਆਰ ਠੀਕ ਹੈ ਖਰੀਦਣ ਵਾਲੀ ਚੀਜ਼ ਦੇਖੋ 10 ਰੁਪਏ ਦੀ ਇੱਥੇ ਰੁਪਏ ਨੇ 10 ਤਾਂ 10 ਰੁਪਏ ਇੱਥੇ ਲਿਖ ਲਿਆ 11 ਚਾਕਲੇਟ ਇੱਥੇ ਆਪਾਂ ਚਾਕਲੇਟ ਵਾਲੇ ਪਾਸੇ 11 ਲਿਖ ਲੈਣੇਗੇ 11 ਰੁਪਏ ਅੱਗੇ ਲਿਖ ਲਓ ਤੇ ਉਸ ਤੋਂ ਬਾਅਦ 10 ਚਾਕਲੇਟ ਚਾਕਲੇਟ ਵਾਲੇ ਪਾਸੇ ਆਪਾਂ ਲਿਖ ਲਓ 10 ਤਾਂ ਇਸ ਤੋਂ ਬਾਅਦ ਕ੍ਰੋਸ ਮਲਟੀਪਲਾਈ ਕਰਨਾ ਹੁੰਦਾ ਹੈਗਾ 121 ਆ ਜਾਏਗਾ ਇੱਥੇ ਆ ਜਾਏਗਾ 100 ਦੇਖੋ ਇਹ ਤਾਂ ਆਪਣਾ ਬਿਲਕੁਲ ਸਹੀ ਉੱਥੇ ਬਿਲਕੁਲ ਸੌਖਾ ਸਵਾਲ ਆਪਣਾ ਬਣ ਰਿਹਾ ਹੈਗਾ ਇਹ 100 ਰੁਪਏ ਦੀ ਚੀਜ਼ ਖਰੀਦੀ 121 ਦੀ ਵੇਚ ਰਿਹਾ ਹੈਗਾ 100 ਰੁਪਏ ਦੀ ਖਰੀ ਤਾਂ ਦੇਖੋ ਜੇਕਰ ਆਪਾਂ ਦੇਖੀਏ 21 ਰੁਪਏ ਤਾਂ ਲਾਭ ਹੋ ਰਿਹਾ ਹੈਗਾ ਇਸ ਨੂੰ 21 ਰੁਪਏ ਲਾਭ ਹੋ ਰਿਹਾ ਤੇ ਦੇਖੋ ਇੱਕ ਚੀਜ਼ ਤੁਹਾਨੂੰ ਹੋਰ ਦੱਸੀ ਸੀ ਕਿ ਜੇਕਰ 100 ਦੇ ਪਿੱਛੇ ਕੋਈ ਚੀਜ਼ ਹੋਵੇ ਮਤਲਬ ਕਿ 100 ਦੇ ਉੱਤੇ ਜਿਵੇਂ ਕਹਿੰਦੇ ਹੁੰਦੇ ਆ ਤਾਂ ਉਹ ਓਨੀ ਹੀ ਹੋਏਗੀ ਦੇਖੋ 100 ਤੋਂ 21 ਜ਼ਿਆਦਾ ਹੈਗੀ 100 ਤੋਂ 21 ਜ਼ਿਆਦਾ ਤਾਂ 21% ਹੀ ਲਾਭ ਹੋ ਰਿਹਾ ਹੈਗਾ ਦੇਖੋ ਆਪਾਂ ਇਸ ਨੂੰ ਲਿਖ ਕੇ ਕਿਵੇਂ ਕਰ ਸਕਦੇ ਆ ਜੇਕਰ ਆਪਾਂ ਨੇ ਸੋਲਵਸ਼ਨ ਕਰਨੀ ਹੋਵੇ ਦੇਖੋ 121 100 100 ਇਸ ਤਰੀਕੇ ਦੇ ਨਾਲ ਹੀ ਕਰਦੇ ਹੁੰਦੇ ਆ 121 ਵੇਚਮੁੱਲ ਸੌਰੀ 121 ਸੌਰੀ ਆਪਾਂ ਨੇ 121 ਨਹੀਂ ਲਿਖਣਾ ਸੀਗਾ ਇੱਥੇ ਦੇਖੋ ਲਾਭ ਕਿੰਨਾ ਹੋ ਰਿਹਾ ਸੀਗਾ ਇਸ ਨੂੰ 21 ਰੁਪਏ ਹੋ ਰਿਹਾ ਸੀਗਾ ਖਰੀਦਮੁੱਲ 100 ਸੀਗਾ ਇਸ ਦਾ ਗੁਣਾ ਆਪਾਂ 100 ਦੇ ਨਾਲ ਹੀ ਕਰਦੇ ਹੁੰਦੇ ਆ 100 ਦੇ ਨਾਲ 100 ਘੱਟਤਾ ਤਾਂ ਆਪਣਾ 21 ਬਚ ਗਿਆ 21% ਇਸ ਨੂੰ ਇੱਥੇ ਆ ਲਾਭ ਹੋ ਰਿਹਾਗਾ ਦੇਖੋ ਇੱਥੋਂ ਪਤਾ ਲੱਗ ਰਿਹਾ ਸੀਗਾ ਆਪਾਂ ਨੂੰ ਕਿ ਲਾਭ ਹੋ ਰਿਹਾਗਾ 21 ਰੁਪਏ ਦਾ ਠੀਕ ਹੈ ਤਾਂ ਇਹ ਇਸ ਦਾ ਰਾਈਟ ਆਨਸਰ ਹੋਏਗਾ ਉਸ ਤੋਂ ਬਾਅਦ ਦੇਖੋ ਅਗਲੇ ਪ੍ਰਸ਼ਨ ਦੇ ਵੱਲ ਵਧਦੇ ਆਂ ਇਸ ਤੋਂ ਅਗਲਾ ਜਿਹੜਾ ਪ੍ਰਸ਼ਨ ਹੈਗਾ ਇੱਕ ਦੁਕਾਨਦਾਰ ਨੇ ਆਪਣੇ ਸਮਾਨ ਦਾ 1/2 ਭਾਗ ਦੇਖੋ ਕੋਈ ਦੁਕਾਨਦਾਰ ਸੀਗਾ ਉਸਦੀ ਜਿਹੜੀ ਦੁਕਾਨ ਸੀਗੀ ਉਸ ਤੇ ਵਿੱਚ ਜਿਹੜਾ ਸਮਾਨ ਸੀਗਾ ਮਤਲਬ ਕਿ 1/2 ਭਾਗ ਠੀਕ ਹੈ ਜਿਹੜਾ ਉਸ ਦਾ ਸਮਾਨ ਸੀਗਾ ਅੱਧਾ ਸਮਾਨ ਮੰਨ ਲਓ ਉਸ ਨੇ 10% ਲਾਭ ਤੇ ਵੇਚ ਦਿੱਤਾ ਜਿਹੜਾ ਉਸ ਦੀ ਦੁਕਾਨ ਦਾ 1/2 ਭਾਗ ਸੀਗਾ ਠੀਕ ਹੈ ਤੇ ਬਾਕੀ ਜਿਹੜਾ ਸਮਾਨ ਬਚ ਗਿਆ ਉਸ ਨੂੰ 9% ਹਾਨੀ ਤੇ ਵੇਚਤਾ ਤਾਂ ਹੁਣ ਆਪਾਂ ਨੇ ਪਤਾ ਕਰਨਾ ਹੈਗਾ ਓਵਰ ਆਲ ਕੀ ਹੋਇਆਗਾ ਲਾਭ ਹੋਇਆ ਉਸ ਨੂੰ ਕਿ ਹਾਨੀ ਹੋਈ ਹੈ ਠੀਕ ਹੈ ਤਾਂ ਦੇਖੋ 1/2 ਭਾਗ ਨੂੰ ਜੇਕਰ ਆਪਾਂ ਨੇ ਪਤਾ ਕਰਨਾ ਹੋਵੇ ਵੀ ਜਿਹੜਾ 1/2 ਹੈਗਾ ਉਸ ਤੋਂ ਬਾਅਦ ਕਿੰਨਾ ਬਚ ਜੇਗਾ ਉਹ ਭਾਗ ਤਾਂ ਆਪਾਂ ਇਸ ਦੀ ਗੁਣਾ ਕਰ ਲਾਂਗੇ 2 1 2 ਠੀਕ ਹੈ 1/2 ਮਤਲਬ ਕਿ 1/2 ਭਾਗ ਹੀ ਬਾਕੀ ਬਚ ਗਿਆ ਉਸ ਦੀ ਦੁਕਾਨ ਦਾ 1/2 ਭਾਗ ਉਸ ਨੇ ਦੇਖੋ 10% ਹਾਨੀ ਤੇ ਵੇਚਤਾ ਠੀਕ ਹੈ ਮਤਲਬ ਕਿ 1/2 ਗੁਣਾ ਇਸ ਤਰ੍ਹਾਂ ਆਪਾਂ ਨੇ ਸੋਲਵ ਕਰਨਾ ਹੈ 10% ਹੈਗਾ ਇੱਥੇ 10 ਲਿਖ ਲਿਆ ਇਹ ਸੀਗਾ ਲਾਭ ਉਸ ਤੋਂ ਬਾਅਦ ਦੇਖੋ ਅਗਲਾ ਕੀ ਹੈਗਾ ਹਾਨੀ ਹੈ ਜੇਕਰ ਹਾਨੀ ਹੈ ਤਾਂ ਘਟਾ ਦੇ ਨਿਸ਼ਾਨੀ ਲਿਖ ਦੋ ਜਿਹੜਾ ਬਾਕੀ 1/2 ਤੋਂ ਬਾਅਦ ਵਾਲਾ ਬਾਕੀ ਦਾ ਸਮਾਨ ਬਚ ਗਿਆ ਉਹ ਵੀ 1/2 ਹੀ ਬਚਿਆ ਗੁਣਾ ਕਰ ਲਓ ਇਸ ਦੀ 9 ਦੇ ਨਾਲ ਕਿਉਂਕਿ 9% ਇੱਥੇ ਹਾਨੀ ਹੋਈ ਹੈ ਤਾਂ ਇਸ ਤੋਂ ਬਾਅਦ ਕੁਝ ਨਹੀਂ ਰਹਿ ਜਾਂਦਾ ਇਸ ਨੂੰ ਆਪਾਂ ਨੇ ਸੋਲਵਸ਼ਨ ਕਰਨੀ ਹੈਗੀ ਇਕੱਲੀ ਤਾਂ ਦੇਖੋ ਇੱਥੇ ਇਸ ਨੂੰ ਕੱਟ ਦੋ ਇੱਥੇ ਆ ਗਿਆ 5 ਠੀਕ ਹੈ ਇਸ ਨੂੰ ਆਪਾਂ ਨੇ ਲਿਖ ਲਿਆ 5 ਇੱਥੇ ਕੱਟ ਲਓ ਇਸ ਨੂੰ ਇੱਥੇ 4.5 ਬਣੇਗਾ ਠੀਕ ਹੈ ਇੱਥੇ ਬਚ ਗਿਆ 4.5 ਇਹਨਾਂ ਦੇ ਵਿੱਚ ਘਰ ਘਟਾ ਦੀ ਨਿਸ਼ਾਨੀ ਸੀਗੀ ਤਾਂ ਇੱਥੇ ਆ ਜਾਏਗਾ ਆਪਣਾ 0.5 ਠੀਕ ਹੈ 0.5% ਇਸ ਨੂੰ ਕੀ ਹੋਇਆਗਾ ਇਹ ਲਾਭ ਹੋਇਆ ਕਹਾਨੀ ਤਾਂ ਦੇਖੋ ਇਹ ਸੀਗੀ ਲਾਭ ਦੀ ਵੈਲਿਊ ਜਦੋਂ ਆਪਾਂ ਨੇ ਇਹ ਚੀਜ਼ ਲਿਖੀ ਸੀ ਲਾਭ ਦੀ ਵੈਲਿਊ ਇਹ ਸੀਗੀ ਹਾਨੀ ਦੀ ਵੈਲਿਊ ਤਾਂ ਇੱਥੇ ਇਸ ਨੂੰ ਹਾਨੀ ਹੋਈਏਗੀ ਇਸ ਦੇ ਵਿੱਚ ਸੌਰੀ ਲਾਭ ਹੋਇਆਗਾ ਲਾਭ ਜ਼ਿਆਦਾ ਬਚ ਰਿਹਾ ਸੀਗਾ ਦੇਖੋ ਹਾਨੀ ਠੀਕ ਹੈ ਲਾਭ ਜ਼ਿਆਦਾ ਆਇਆ ਸੀਗਾ ਦੇਖੋ ਲਾਭ 5 ਸੀਗਾ ਤਿਹਾਨੀ ਸੀਗੀ 4.5 ਤਾਂ ਇੱਥੇ ਇਸ ਨੂੰ ਲਾਭ ਹੋ ਗਿਆ ਇਹ 0.5% ਤਾਂ ਉਸ ਤੋਂ ਬਾਅਦ ਅਗਲੇ ਪ੍ਰਸ਼ਨ ਦੇ ਵੱਲ ਵਾਦਿਆ ਦੇਖੋ ਅਗਲੇ ਪ੍ਰਸ਼ਨ ਦੇ ਵੱਲ ਹੋਰ ਕਲੀਅਰ ਹੋ ਜਾਊਗਾ ਤੁਹਾਨੂੰ ਕਨਸੈਪਟ ਇਹ ਇੱਕ ਦੁਕਾਨਦਾਰ ਆਪਣੇ ਸਮਾਨ ਦਾ 4/5 ਭਾਗ ਠੀਕ ਹੈ 20% ਲਾਭ ਤੇ ਵੇਚ ਦਿੰਦਾ ਹੈ ਤੇ ਬਾਕੀ ਜਿਹੜਾ ਸਮਾਨ ਬਚ ਗਿਆ ਉਹਨੂੰ 15% ਹਾਨੀ ਤੇ ਵੇਚ ਦਿੰਦਾ ਹੈਗਾ ਲਾਭ ਜਾਂ ਹਾਨੀ ਦਾ ਪ੍ਰਤੀਸ਼ਤ ਆਪਾਂ ਨੇ ਪਤਾ ਕਰਨਾ ਹੈਗਾ ਤਾਂ ਉਸ ਤੋਂ ਬਾਅਦ ਦੇਖੋ 4/5 ਭਾਗ ਸੀਗਾ ਜਿਹੜਾ ਉਹ ਤਾਂ ਆਪਾਂ ਨੂੰ ਪਤਾ ਹੈ ਕਿ 10% ਬਣ ਰਿਹਾਗਾ ਆ ਸੌਰੀ 20% ਬਣ ਰਿਹਾ ਠੀਕ ਹੈ ਕਟਾ ਕਰਨਾ ਹੈ ਕਿਉਂਕਿ ਹਾਨੀ ਕਿਹਾ ਇਹਨਾਂ ਨੇ ਅੱਗੇ ਠੀਕ ਹੈ ਹਾਨੀ ਕਿੰਨਾ ਕਿਹਾਗਾ ਆਪਾਂ ਇੱਥੇ ਗੁਣਾ ਕਰਕੇ 15% ਵੀ ਲਿਖ ਲਿਆ ਪਰ ਆਪਾਂ ਨੂੰ ਕੀ ਪਤਾਗਾ ਬਾਕੀ ਕਿਹੜਾ ਕਿੰਨਾ ਭਾਗ ਬਣ ਗਿਆ ਉਹ ਤਾਂ 1/2 ਦਾ ਮਤਲਬ ਅੱਧਾ ਸੀਗਾ ਠੀਕ ਹੈ 1/2 ਦਾ ਮਤਲਬ ਅੱਧਾ ਸੀਗਾ ਬਾਕੀ ਵੀ ਅੱਧਾ ਹੀ ਬਚ ਗਿਆ ਸੀਗਾ ਇੱਥੇ 4/5 ਭਾਗ ਹੈਗਾ ਆਪਾਂ 1 ਦੇ ਵਿੱਚੋਂ ਕਟਾ ਲੈਣੇ ਆਂਗੇ 4/5 ਤਾਂ ਇਸ ਤਰ੍ਹਾਂ ਇੱਥੇ ਗੁਣਾ ਹੋ ਜਾਏਗੀ ਇਸਦੀ 5 ਆ ਜਾਏਗਾ 5 ਘਟਾ 4 ਆਹ ਵਾਲਾ 5 5 ਦੇ ਵਿੱਚੋਂ 4 ਗਿਆ 1/4 ਭਾਗ ਬਚ ਗਿਆ ਉਸਦੀ ਦੁਕਾਨ ਦਾ ਜਿਹੜਾ ਕਿ ਉਸਨੇ 15% ਲਾਭ ਸੌਰੀ ਹਾਨੀ ਤੇ ਵੇਚਿਆ ਸੀਗਾ ਠੀਕ ਹੈ ਉਹ ਬਣ ਗਿਆ ਇਸ ਦਾ 1/5 ਭਾਗ 1/5 ਤਾਂ ਇਸ ਤੋਂ ਬਾਅਦ ਕੁਝ ਨਹੀਂ ਬਾਕੀ ਬਚਿਆ ਇਸ ਨੂੰ ਆਪਾਂ ਨੇ ਸੋਲਵ ਕਰਨੇਗਾ 5 1 5 ਠੀਕ ਹੈ 5 ਚੌਕਾ 20 ਇੱਥੇ ਕਿੰਨਾ ਆ ਗਿਆ 16 4 ਦੀ 4 ਨਾਲ ਗੁਣਾ ਕੀਤੀ ਘਟਾ ਦੀ ਨਿਸ਼ਾਨੀ ਇਸੇ ਤਰ੍ਹਾਂ ਲਿਖ ਲਈ ਵਿਚਕਾਰ ਲਈ ਤਾਂ ਉਸ ਤੋਂ ਬਾਅਦ ਦੇਖੋ 5 ਏਕਮ 5 5 3 15 ਇੱਥੇ ਕਿੰਨਾ ਬਚ ਗਿਆ ਆਪਣੇ ਕੋਲ 3 ਠੀਕ ਹੈ ਤਾਂ ਇੱਥੇ 3 ਬਚ ਗਿਆ ਤਾਂ ਆਪਾਂ ਦੇਖੋ ਇਹ ਲਾਭ ਹੈਗਾ ਲਾਭ ਦੀ ਜਿਹੜੀ ਰਕਮ ਹੈਗੀ ਵੱਡੀ ਹੈ ਲਾਭ 16 ਹੈਗਾ ਠੀਕ ਹੈ ਤੇ ਹਾਨੀ ਹੈਗੀ ਜਿਹੜੀ 3 ਹੈਗੀ ਤਾਂ ਇੱਥੇ ਬਾਕੀ ਕਿੰਨਾ ਬਚ ਗਿਆ 13 ਆ ਗਿਆ 13% ਜਿਹੜਾ ਬਚਿਆ ਉਹ ਲਾਭ ਦਾ ਬਚੇਗਾ ਕਿਉਂਕਿ ਲਾਭ ਦੀ ਵੈਲਿਊ ਵੱਡੀ ਸੀਗੀ ਠੀਕ ਹੈ ਹਾਂ ਜੇਕਰ ਇਹ ਵੈਲਿਊ ਮਾਈਨਸ ਦੇ ਵਿੱਚ ਆਉਂਦੀ ਤਾਂ ਇਹ ਇੱਥੇ ਆਪਾਂ ਨੂੰ ਲੌਸ ਹੋਣਾ ਸੀਗਾ ਦੇਖੋ ਇਹ ਪੋਜ਼ਿਟਿਵ ਵੈਲਿਊ ਆ ਰਹੀ ਹੈ ਜੇਕਰ ਇੱਥੇ 23 ਹੁੰਦਾ ਠੀਕ ਹੈ 13 ਦੀ ਥਾਂ ਤੇ 23 ਹੁੰਦਾ ਤਾਂ ਇੱਥੇ ਆਪਣੀ ਵੈਲਿਊ ਮਾਈਨਸ ਦੇ ਵਿੱਚ ਆਣੀ ਸੀਗੀ ਤਾਂ ਆਪਣੀ ਜਿਹੜੀ ਹੁੰਦਾ ਇਸ ਦਾ ਮਾਈਨਸ ਹੋ ਜਾਣਾ ਸੀਗਾ ਜੇਕਰ ਮੰਨ ਲਓ ਇੱਥੇ 17 ਹੁੰਦਾ ਦੇਖੋ ਇੱਥੇ 17 ਆ ਗਿਆ ਤਾਂ ਇੱਥੇ 17 ਘਟਾਏ ਜਦੋਂ 16 ਦੇ ਵਿੱਚੋਂ ਮਾਈਨਸ ਦਾ 1 ਆ ਜਾਏਗਾ ਤਾਂ ਉਹ ਇੱਥੇ ਹਾਨੀ ਹੋਣੀ ਸੀਗੀ ਪਰ ਇੱਥੇ ਆਪਾਂ ਨੂੰ ਲਾਭ ਹੋ ਰਿਹਾ ਹੈਗਾ ਇਸ ਦੇ ਵਿੱਚ ਤਾਂ ਉਸ ਤੋਂ ਬਾਅਦ ਦੇਖੋ ਅਗਲੇ ਪ੍ਰਸ਼ਨ ਦੇ ਵੱਲ ਵਧਦੇ ਆਂਗੇ ਆਪਾਂ ਇੱਕ ਦੁਕਾਨਦਾਰ 3/5 ਭਾਗ 10% ਲਾਭ ਤੇ ਵੇਚ ਦਿੰਦਾ ਹੈਗਾ 3/5 1 ਦੇ ਵਿੱਚੋਂ ਘਟਾਵਾਂਗੇ 3/5 ਸਿੱਧਾ ਘਟਾ ਦਿਆ ਕਰੋ نیچے ਵਾਲੇ ਦੇ ਵਿੱਚੋਂ ਉੱਪਰਲਾ نیچے ਵਾਲੇ ਦੇ ਵਿੱਚੋਂ ਉੱਪਰਲਾ ਘਟਾ ਦਿਆ ਕਰੋ ਜਾਂ ਫਿਰ ਇੱਧਰ 1 ਦੇ ਨਾਲ ਗੁਣਾ ਕਰਨੀ ਪੈਂਦੀ ਹੈਗੀ ਆਪਾਂ ਨੂੰ ਦੇਖੋ 5 3 5 ਤਾਂ ਇੱਥੇ ਆ ਜਾਏਗਾ 2/5 ਆ ਗਿਆ ਆਪਣਾ ਠੀਕ ਹੈ 2/5 ਆਪਣਾ ਇਸ ਦਾ ਜਿਹੜਾ ਬਾਕੀ ਭਾਗ ਸੀਗਾ ਉਹ ਬਚ ਗਿਆ ਸੌਰੀ ਇਹਦੇ ਵਿੱਚ ਹੋਰ ਕੁਝ ਪੁੱਛਿਆ ਇੱਥੇ ਆਪਾਂ ਨੂੰ ਬਾਕੀ ਦੀ ਹਾਨੀ ਨਹੀਂ ਦਿੱਤੀ ਹੋਈ ਤਾਂ ਇਹਦੀ ਸਟੇਟਮੈਂਟ ਦੇਖੋ ਕੁਝ ਹੋਰ ਬਣਦੀ ਹੈਗੀ ਇੱਥੇ ਆਪਾਂ ਨੂੰ ਕਿਹਾ ਹੈ ਕਿ 3.3/5 ਭਾਗ ਠੀਕ ਹੈ ਗੁਣਾ ਕਰ ਲਓ ਇਸਦੀ 10 ਦੇ ਨਾਲ ਠੀਕ ਹੈ ਇੱਥੇ ਲਾਭ ਤੇ ਵੇਚ ਦਿੰਦਾ ਤੇ ਬਾਕੀ ਸਮਾਨ ਨੂੰ ਕਿੰਨੇ ਲਾਭ ਜਾਂ ਹਾਨੀ ਪ੍ਰਤੀਸ਼ਤ ਤੇ ਵੇਚੇ ਕਿ 8% ਕੁੱਲ ਲਾਭ ਹੋ ਜਾਏ ਉਸ ਨੂੰ ਜਿਹੜਾ ਬਾਕੀ ਦਾ ਆਲਓਵਰ ਲਾਵੇਗਾ ਦੇਖੋ ਇਸ ਦੇ ਵਿੱਚੋਂ ਇੱਥੇ ਜੋੜ ਦੇ ਨਿਸ਼ਾਨੀ ਲਿਖਾਂਗੇ ਜਦੋਂ ਆਪਾਂ ਨੂੰ ਇਸ ਤਰ੍ਹਾਂ ਦਾ ਸਵਾਲ ਹੋਵੇ ਤਾਂ ਇੱਥੇ ਆਪਾਂ ਨੂੰ ਪਤਾ ਨਹੀਂ ਕਿ ਕਿੰਨਾ ਸੀਗਾ ਉਹ ਦੇਖੋ ਕਿੰਨਾ ਸੀਗਾ ਉਹ ਇਸ ਦੇ ਵਿੱਚ ਆਪਣਾ ਵੈਲਿਊ ਆਈ ਸੀਗੀ 2/ ਦੇਖੋ ਆਪਾਂ ਇਸ ਦੇ ਵਿੱਚੋਂ ਘਟਾਇਆ 2/5 ਆ ਜਾਏਗਾ 2/5 ਹਾਂ 2/5 ਆਏ ਸੀਗਾ ਗੁਣਾ ਇਸ ਦੀ ਕਰ ਲਓ x ਦੇ ਨਾਲ ਠੀਕ ਹੈ ਇੱਥੇ ਸਿੱਧਾ x ਲਿਖ ਲਓ ਇੱਥੇ ਠੀਕ ਹੈ x ਇਸ ਬੇਵਫਾ x ਦੇ ਚੱਕਰਾਂ 'ਚ ਨਾ ਪਿਆ ਕਰੋ ਵੈਸੇ ਇੱਥੇ ਆਪਾਂ ਨੂੰ ਉਲਝਾ ਦੇਗੀ ਵੈਸੇ ਤੁਸੀਂ ਇੱਥੇ ਚਲੋ ਇੱਥੇ ਆਪਾਂ ਨੂੰ ਲੈਣੀ ਹੀ ਪੈਣੀ ਹੈ ਇਹ ਤਾਂ ਉਸ ਤੋਂ ਬਾਅਦ ਦੇਖੋ ਆਲ ਓਵਰ ਲਾਵ ਇਹਨਾਂ ਨੇ 8 ਦੀ ਗੱਲ ਕੀਤੀ ਹੈਗੀ ਠੀਕ ਹੈ ਇੱਥੇ ਆਪਾਂ ਨੇ 8 ਲਿਖ ਲਿਆ ਇਸ ਤੇ ਇਕੁਅਲ ਸੀਗਾ ਇਸ ਤੋਂ ਬਾਅਦ ਆਪਾਂ ਨੇ ਇਸ ਨੂੰ ਕੱਟਣਾ ਹੈ 5 1 ਕਮ 5 5 ਦੋਣੀ 10 ਤਾਂ ਇੱਥੇ ਦੇਖੋ ਇਹਨਾਂ ਦਾ ਦੋਨਾਂ ਦੀ ਗੁਣਾ ਕਰਨੀ ਹੈਗੀ ਇੱਥੇ ਆ ਜਾਏਗਾ ਆਪਣਾ 6 ਜੋੜ ਦੀ ਨਿਸ਼ਾਨੀਆਂ ਵਿਚਾਲੇ ਆਪਾਂ ਨੇ ਜੋੜ ਲਿਖ ਲਿਆ ਠੀਕ ਹੈ ਉਸ ਤੋਂ ਬਾਅਦ 2/5x बराबर 8 ਹੈਗਾ ਜਿਹੜਾ ਆਹ ਵਾਲਾ 6 ਸੀਗਾ ਇੱਧਰ ਆ ਕੇ ਘਟਾ ਦਾ 6 ਬਣ ਜੇਗਾ ਠੀਕ ਹੈ ਤਾਂ ਆਪਾਂ ਨੇ ਇਸ ਪਾਸੇ ਇਸ ਨੂੰ ਲਿਖ ਲਿਆ ਉਸ ਤੋਂ ਬਾਅਦ ਦੇਖੋ 8 ਦੇ ਵਿੱਚੋਂ 6 ਗਏ ਤਾਂ ਇੱਥੇ ਆਪਾਂ 2 ਲਿਖ ਸਕਦੇ ਹਾਂ ਸਿੱਧਾ ਤਾਂ ਇੱਥੇ ਆਪਣਾ 2 ਆ ਗਿਆ ਇਸ ਤਾ ਠੀਕ ਹੈ 2 ਆਉਣ ਤੋਂ ਬਾਅਦ ਜਿਹੜਾ 5 نیچے ਹੈਗਾ ਇੱਥੇ ਆ ਕੇ 5 ਦਾ ਗੁਣਾ ਹੋ ਜਾਏਗਾ ਠੀਕ ਹੈ ਤਾਂ ਆਪਾਂ ਨੇ ਇੱਥੇ 5 ਨੂੰ ਵੀ ਗੁਣਾ ਦੇ ਵਿੱਚ ਲੈ ਕੇ ਮਤਲਬ ਕਿ 10 ਬਣ ਗਿਆ ਦੇਖੋ ਇਹ ਠੀਕ ਹੈ ਆਪਾਂ ਨੇ ਇੱਥੇ 10 ਬਣਾਤਾ ਤੇ ਆਹ ਵਾਲਾ ਜਿਹੜਾ 2 ਸੀਗਾ ਗੁਣਾਂ ਦੇ ਵਿੱਚ ਸੀਗਾ ਸਿੰਪਲੀਫਿਕੇਸ਼ਨ ਦੇ ਵਿੱਚ ਤੁਹਾਨੂੰ ਕਰਵਾਇਆ ਹੋਇਆ ਇੱਥੇ ਨੀਚੇ ਆ ਜਾਏਗਾ 2 ਠੀਕ ਹੈ ਕੱਟ ਕੇ ਇੱਥੇ 5 ਇਸ ਦਾ ਆਨਸਰ ਆ ਜਾਏਗਾ ਇੱਥੇ x ਦੀ ਵੈਲਿਊ 5 ਆ ਗਈ ਆਪਣੇ ਕੋਲ ਠੀਕ ਹੈ x ਦੀ ਵੈਲਿਊ ਜਦੋਂ ਆਪਣੇ ਕੋਲ 5 ਆ ਜਾਂਦੀ ਹੈ ਤਾਂ ਆਪਾਂ ਇੱਥੇ x ਦੀ ਵੈਲਿਊ ਇੱਥੇ ਆਪਣਾ ਇਸ ਦਾ ਆਨਸਰ ਨਿਕਲ ਕੇ ਆ ਗਿਆ ਇਹ x ਦਾ ਠੀਕ ਹੈ ਕਿ ਉਸ ਦਾ ਆ ਕਿੰਨੇ ਲਾਭ ਜਾਂ ਹਾਨੀ ਤੇ ਵਿੱਚ ਇਹੋ ਠੀਕ ਹੈ ਆਪਾਂ ਨੂੰ ਇਹ ਚੀਜ਼ ਕਹੀ ਗਈ ਸੀਗੀ ਹੁਣ ਦੇਖੋ ਜਿਹੜੀ ਐਕਸ ਦੀ ਵੈਲਿਊ ਆਈਏਗੀ ਇਹ ਪੋਜ਼ਿਟਿਵ ਹੈਗੀ ਠੀਕ ਹੈ ਮਤਲਬ ਕਿ ਐਕਸ ਦੇ ਅੱਗੇ ਇਸ ਦੇ ਅੱਗੇ ਜੇਕਰ ਤਾਂ ਹੁੰਦਾ ਮਾਈਨਸ ਤਾਂ ਇਹਨੂੰ ਵੈਲਿਊ ਇਹ ਵੇਚਣਾ ਪੈਣਾ ਸੀਗਾ ਸਮਾਨ 5% ਹਾਨੀ ਤੇ ਪਰ ਇਸ ਦੇ ਵਿੱਚ ਮਾਈਨਸ ਦੀ ਕੋਈ ਗੱਲਬਾਤ ਨਹੀਂ ਹੈਗੀ ਤਾਂ ਕਰਕੇ ਹੁਣ ਇਹ 5% ਲਾਭ ਉਸ ਨੂੰ ਹੋਰ ਕਮਾਉਣਾ ਪਏਗਾ ਉਸ ਵਿਅਕਤੀ ਨੂੰ ਜਿਹੜਾ ਉਸ ਦਾ ਬਾਕੀ ਦਾ ਸਮਾਨ ਬਚ ਗਿਆ ਫਿਰ ਉਸ ਨੂੰ 8% ਲਾਭ ਹੋਏਗਾ ਟੋਟਲ ਸਮਾਨ ਦਾ ਦੇਖੋ ਦੁਬਾਰਾ ਸਮਝੋ ਉਸ ਨੇ ਜਿਹੜਾ ਦੁਕਾਨ ਦਾ 3/4 ਭਾਗ ਸੀਗਾ ਉਹ 10% ਲਾਭ ਤੇ ਵੇਚਤਾ ਠੀਕ ਹੈ ਤੇ ਬਾਕੀ ਦਾ ਜਿਹੜਾ ਸਮਾਨ ਬਚ ਗਿਆ ਉਹ ਕਿੰਨੇ ਲਾਭ ਤੇ ਵੇਚਣਾ ਪਏਗਾ ਕਿ ਉਸ ਨੂੰ 8% ਲਾਭ ਹੋ ਜਾਏ ਉਸ ਨੂੰ 5% ਲਾਭ ਕਮਾਉਣਾ ਪਏਗਾ ਉਸ ਸਮਾਨ ਦੇ ਵਿੱਚੋਂ ਜਿਹੜਾ ਬਾਕੀ ਬਚ ਗਿਆ ਫਿਰ ਉਸ ਨੂੰ ਟੋਟਲ 8% ਲਾਭ ਹੋਏਗਾ ਠੀਕ ਹੈ ਤਾਂ ਇਸ ਤੋਂ ਬਾਅਦ ਦੇਖੋ ਅਗਲੇ ਸਵਾਲ ਦੀ ਸਟੇਟਮੈਂਟ ਦੇ ਵੱਲ ਵਧਦੇ ਹਾਂ ਉੱਥੇ ਤੁਹਾਨੂੰ ਕਲੀਅਰ ਹੋ ਜਾਏਗਾ ਇਹ ਤਾਂ ਦੇਖੋ ਇੱਕ ਦੁਕਾਨਦਾਰ 2/3 2/3 ਭਾਗ ਨੂੰ 15% ਲਾਭ ਤੇ ਵੇਚ ਦਿੰਦਾ ਹੈਗਾ ਠੀਕ ਹੈ 2/3 ਦਾ ਮਤਲਬ ਕਿ 1 ਦੇ ਵਿੱਚੋਂ ਘਟਾਵਾਂਗੇ 2/3 ਨੂੰ ਤਾਂ ਇੱਥੇ ਆ ਜਾਏਗਾ 3/2 3 ਠੀਕ ਹੈ ਮਤਲਬ ਕਿ 1/3 ਬਚ ਜਾਏਗਾ ਜਿਹੜਾ ਬਾਕੀ ਦਾ ਭਾਗ ਹੋਏਗਾ ਉਸ ਦਾ ਦੁਕਾਨ ਦਾ ਠੀਕ ਹੈ ਜਿਹੜਾ ਉਸਨੇ ਦੇਖੋ ਉਸ ਵਿਅਕਤੀ ਨੇ 2/3 ਭਾਗ ਸੀਗਾ ਠੀਕ ਹੈ ਉਹ ਤਾਂ 15% ਲਾਭ ਤੇ ਵੇਚ ਹੀ ਦਿੱਤਾ ਠੀਕ ਹੈ ਉਸ ਤੋਂ ਬਾਅਦ ਜੋੜ 1/3 ਬਚ ਗਿਆ ਉਸ ਦੀ ਦੁਕਾਨ ਦਾ ਸਮਾਨ ਉਸ ਦੇ ਨਾਲ ਲਿਖ ਲਓ x ਬਰਾਬਰ ਕਿੰਨਾ ਪਰਸੈਂਟ ਅ ਉਸ ਨੂੰ ਹਾਨੀ ਜਾਂ ਲਾਭ ਕਮਾਉਣਾ ਪਏਗਾ ਆਪਾਂ ਨੇ ਇਹ ਵੈਲਿਊ ਬਣਾ ਲਈ ਠੀਕ ਹੈ ਕਿ 20% ਉਸ ਤਰ ਕੁੱਲ ਲਾਭ ਹੋ ਜਾਏ ਇੱਥੇ ਆਪਾਂ ਨੇ 20% ਲਿਖ ਲਿਆ ਤਾਂ ਉਸ ਤੋਂ ਬਾਅਦ ਇੱਥੇ ਆਪਾਂ ਨੇ ਕੱਟਣਾ 3-1=3 3515 ਹੁੰਦੇਗਾ ਠੀਕ ਹੈ 5 ਤੇ 2 ਦੀ ਗੁਣਾ ਕਰ ਲਓ 5*2=10 ਆ ਜਾਏਗਾ ਦੇਖੋ ਠੀਕ ਹੈ 5 2 10 ਆ ਜਾਏਗਾ ਤਾਂ ਆਪਾਂ ਇਸ ਨੂੰ ਸਾਰੇ ਨੂੰ ਇਰੇਜ਼ ਕਰਕੇ ਇੱਥੇ 10 ਹੀ ਲਿਖ ਦੋ ਇੱਥੇ ਆਪਣਾ ਇਸ ਨੂੰ ਸਾਰੇ ਨੂੰ ਸੋਲਵ ਕਰਕੇ 10 ਆ ਗਿਆ ਆਪਣੇ ਕੋਲ ਤਾਂ ਉਸ ਤੋਂ ਬਾਅਦ ਜਿਹੜਾ ਆਹ ਵਾਲਾ 10 ਸੀਗਾ ਠੀਕ ਹੈ ਇਸ ਨੂੰ ਆਪਾਂ ਇੱਥੇ ਘਟਾ ਦਾ 10 ਬਣਾ ਕੇ ਲਿਖ ਸਕਦੇ ਹਿੱਧਰ ਆ ਜਾਏਗਾ ਉਹ ਠੀਕ ਹੈ ਆਪਾਂ ਇੱਥੋਂ ਇਸ ਨੂੰ ਚੱਕ ਕੇ ਲੈ ਜਾਂਦੇ ਹਾਂ 10 ਦੇਖੋ ਹੁਣ ਇਸ ਤੋਂ ਬਾਅਦ 20 ਦੇ ਵਿੱਚੋਂ 10 ਗਏ ਤਾਂ ਆਪਣੇ ਕੋਲੇ ਇੱਥੇ ਰਹਿ ਗਏ 10 ਠੀਕ ਹੈ ਮਤਲਬ ਕਿ 10 ਰਹਿ ਗਿਆ 20 ਦੇਖੋ ਪੋਜ਼ੀਟਿਵ ਸਿੰਬਲ ਸੀਗਾ ਠੀਕ ਹੈ ਤਾਂ 20 ਵੱਡਾ ਸੀਗਾ ਨਾ ਤਾਂ 10 ਪਲੱਸ ਦਾ ਹੀ ਰਹੇਗਾ ਉਸ ਤੋਂ ਬਾਅਦ ਜਿਹੜਾ ਆਹ 3 ਹੈਗਾ ਆਹ 3 ਹੈਗਾ ਇੱਧਰ 3 10 ਦੇ ਨਾਲ ਗੁਣਾ ਹੋ ਜਾਏਗਾ ਮਤਲਬ ਕਿ ਇੱਥੇ 30 ਬਣ ਜਾਏਗਾ ਇਹ ਠੀਕ ਹੈ 30 ਬਣ ਗਿਆ ਇੱਥੋਂ ਤਿੰਨ ਵੀ ਸਾਫ਼ ਹੋ ਗਿਆ ਮਤਲਬ ਕਿ ਇੱਕ ਦੀ ਤਾਂ ਕੋਈ ਵੈਲਿਊ ਨਹੀਂ ਹੁੰਦੀ ਉਸ ਤੋਂ ਬਾਅਦ ਦੇਖੋ ਇਸ ਦੇ ਵਿੱਚ ਕੀ ਗੱਲ ਹੋ ਰਹੀ ਹੈ ਕਿ 30% ਉਸ ਨੂੰ ਲਾਭ ਕਮਾਉਣਾ ਪਏਗਾ ਬਾਕੀ ਸਮਾਨ ਜਿਹੜਾ ਉਸ ਦੀ ਦੁਕਾਨ ਦਾ ਬਚ ਗਿਆ ਦੇਖੋ ਇੱਕ ਵਿਅਕਤੀ ਸੀਗਾ ਉਸਨੇ ਆਪਣਾ ਜਿਹੜਾ ਸਮਾਨ ਸੀਗਾ ਦੁਆ ਟਾ ਤਿੰਨ ਭਾਗ ਸੀਗਾ ਜਿਹੜਾ ਸਮਾਨ ਉਸ ਦਾ ਦੁਕਾਨ ਦਾ ਉਸ ਨੂੰ 15% ਲਾਭ ਤੇ ਵੇਚਦਾ ਠੀਕ ਹੈ ਟਾ ਤਿੰਨ ਦਾ ਮਤਲਬ ਇਹ ਹੁੰਦਾ ਹੈਗਾ ਦੇਖੋ ਕਿ 1 2 3 ਉਹਨੇ ਸਾਰੇ ਸਮਾਨ ਨੂੰ ਤਿੰਨ ਭਾਗਾਂ ਦੇ ਵਿੱਚ ਵੰਡ ਲਿਆ ਇਹ ਤੋਂ 15% ਲਾਭ ਕਮਾ ਲਿਆ ਇਹ ਤੋਂ 15% ਲਾਭ ਕਮਾ ਲਿਆ ਠੀਕ ਹੈ ਇਹਨਾਂ ਤੋਂ ਦੋਨਾਂ ਤੋਂ 15% ਲਾਭ ਕਮਾ ਲਿਆ ਮਤਲਬ ਕਿ 2/3 ਭਾਗ ਸੀਗਾ ਜਿਹੜਾ ਮਤਲਬ ਕਿ ਉਹ ਤੋਂ 15% ਲਾਭ ਕਮਾ ਲਿਆ ਠੀਕ ਹੈ ਮਤਲਬ ਕਿ 2/3 ਭਾਗ ਸੀਗਾ ਜਿਹੜਾ ਇਹ ਇਸ ਤੋਂ ਸਾਰੇ ਤੋਂ ਦੇਖੋ ਤਿੰਨਾਂ ਦੇ ਵਿੱਚੋਂ 2 ਭਾਗ ਸੀਗੇ ਜਿਹੜੇ ਉਸ ਤੇ ਦੁਕਾਨ ਦੇ ਉਸ ਤੇ ਵਿੱਚ ਉਸ ਨੇ 15% ਲਾਭ ਕਮਾ ਲਿਆ ਠੀਕ ਹੈ ਇਹ ਤਾਂ ਦੋ ਸੀਗੇ ਠੀਕ ਹੈ ਤੇ ਇਹ ਜਿਹੜਾ ਬਾਕੀ ਬਚ ਗਿਆ ਠੀਕ ਹੈ ਤਾਂ ਇਹ ਸੀਗਾ ਜਿਹੜਾ ਇਸ ਦੇ ਵਿੱਚੋਂ ਉਸ ਨੂੰ 30% ਲਾਭ ਕਮਾਉਣਾ ਪਏਗਾ ਇਹ ਤਾਂ ਸਮਾਨ ਵੀ ਉਹਨਾਂ ਦੇ ਨਾਲੋਂ ਦੂਜੇ ਦੇ ਨਾਲੋਂ ਅੱਧਾ ਹੈ ਜੇਕਰ ਇਸ ਤੇ 30% ਲਾਭ ਕਮਾਏਗਾ ਕਿਉਂਕਿ ਇਸ ਦੀ ਕੁੱਲ ਆਈਡੈਂਟੀਟੀ ਕੁੱਲ ਜਿਹੜੀ ਵੈਲਿਊ ਹੋਏਗੀ ਨਾ ਇਸ ਦੀ ਬੇਸ ਵੈਲਿਊ ਉਹ ਵੀ ਕੱਟ ਹੋਏਗੀ ਜੇਕਰ ਇਸ ਤੇ 30% ਲਾਭ ਕਮਾਏਗਾ ਤਾਂ ਇਸ ਤੇ ਦੂਜੇ ਦੇ 15% ਦੇ ਬਰਾਬਰ ਬਣੇਗਾ ਤੇ ਜੇਕਰ ਉਹਨਾਂ ਨੇ ਕਿਹਾ ਸੀਗਾ ਕਿ ਕੁੱਲ 20% ਲਾਭ ਹੋ ਜੇ ਠੀਕ ਹੈ ਕਿ ਉਸ ਨੂੰ ਕਿੰਨਾ ਕਮਾਉਣਾ ਪਵੇ ਤਾਂ ਦੇਖੋ ਉਸ ਨੂੰ ਇੱਥੋਂ 30% ਲਾਭ ਕਮਾਉਣਾ ਪਏਗਾ ਜੇਕਰ ਉਹ ਚਾਹੁੰਦੇ ਕਿ 20% ਲਾਭ ਕਮਾਇਆ ਜਾਵੇ ਆਪਣੀ ਦੁਕਾਨ ਦੇ ਸਮਾਨ ਦੇ ਵਿੱਚੋਂ ਠੀਕ ਹੈ ਇਹ ਸੀ ਕਿ ਦੇਖੋ ਇਹ ਆਪਣੀ ਜਿਹੜੀ ਇਸ ਦੀ ਟਾਈਪ ਸੀਗੀ ਇਹ ਲਗਭਗ ਕੰਪਲੀਟ ਹੋ ਚੁੱਕੀ ਹੈ ਉਸ ਤੋਂ ਬਾਅਦ ਦੇਖੋ ਆਪਾਂ ਗੱਲ ਕਰਦੇ ਹਾਂ ਜਿਹੜਾ ਇਸ ਦਾ ਅਗਲਾ ਟਾਈਪ ਆਏਗਾ ਇਸ ਤੇ ਇਸ ਦੇ ਸਵਾਲਾਂ ਦਾ ਜਿਵੇਂ ਦੇਖੋ ਕੋਈ ਆਪਾਂ ਵਸਤੂ ਖਰੀਦਦੇ ਆ ਠੀਕ ਹੈ ਕਿ ਉਸ ਦੇ ਉੱਪਰ ਆਪਾਂ ਨੂੰ ਮੰਨ ਲਓ ਛੋਟ ਦਿੱਤੀ ਹੁੰਦੀ ਹੈ ਜਿਵੇਂ ਕਿ ਆਪਾਂ ਦੁਕਾਨ ਦੇ ਵਿੱਚ ਚਲੇ ਜਾਂਦੇ ਆ ਕਿਤੇ ਉੱਥੇ ਆਪਾਂ ਨੂੰ ਲਿਖੀ ਹੁੰਦੀ ਹੈ ਕਿ 10% ਛੋਟ ਤੇ ਉਸ ਤੋਂ ਬਾਅਦ 10% ਛੋਟ ਦੇਖੋ ਇਸ ਤਰ੍ਹਾਂ ਤੁਸੀਂ ਨੇ ਲਿਖਿਆ ਹੋਣਾ 10% ਛੋਟ ਡਿਸਕਾਊਂਟ ਕਹਿੰਦੇ ਨੇ ਛੋਟ ਨੂੰ ਠੀਕ ਹੈ ਫਿਰ 10% ਛੋਟ ਮਤਲਬ ਕਿ ਜਾਂ ਇਸ ਤਰ੍ਹਾਂ ਲਿਖਿਆ ਹੁੰਦਾਗਾ 10% 10% ਇਸ ਤਰ੍ਹਾਂ ਆਪਾਂ ਨੂੰ ਲਿਖਿਆ ਹੁੰਦਾ ਹੈਗਾ ਆਪਾਂ ਨੂੰ ਉੱਥੇ ਮਿਲ ਜਾਂਦਾ ਹੈਗਾ ਠੀਕ ਹੈ ਠੀਕ ਹੈ ਲੈਸ ਕਹਿ ਦਿੰਦੇ ਨੇ ਤਾਂ ਉਸ ਤੋਂ ਬਾਅਦ ਦੇਖੋ ਕਿ ਇਹ ਕਿਸ ਤਰ੍ਹਾਂ ਲਾਗੂ ਹੋਏਗਾ ਆਪਾਂ ਨੇ ਜਿਵੇਂ ਕਿ 100 ਰੁਪਏ ਦੀ ਕੋਈ ਵਸਤੂ ਹੈਗੀ ਜਾਂ ਕੋਈ ਵੀ ਵਸਤੂ ਦਾ ਜਿਵੇਂ ਆਪਾਂ ਕਹਿਨੇ ਹੁੰਦੇ ਆ ਕਿ 100% ਵੈਲਿਊ ਹੁੰਦੀ ਹੈਗੀ ਠੀਕ ਹੈ ਉਸ ਤੋਂ ਬਾਅਦ ਦੇਖੋ ਦੋ ਵਾਰੀ 10-10% ਦੀ ਆਪਾਂ ਨੂੰ ਜੇਕਰ ਲੈਸ ਕਰ ਰਹੇ ਆ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਨੇ ਸਿੱਧੀ 20% ਦੀ ਲੈਸ ਕਰ ਦੇਣੀ ਉਸ ਦੇ ਵਿੱਚੋਂ ਤਾਂ ਇਸ ਦਾ ਮਤਲਬ ਇਹ ਹੁੰਦਾ ਹੈਗਾ ਦੇਖੋ 100 ਰੁਪਏ ਦੀ ਵਸਤੂ ਹੈ ਉਸਦੇ ਵਿੱਚੋਂ 10% ਜਦੋਂ ਆਪਾਂ ਨੂੰ ਲੈਸ ਕੀਤੀ ਘਟਾ ਲਿਖ ਲਓ ਇਸ ਦੇ ਨਾਲ ਤਾਂ ਉਹ ਬਸ ਤੂੰ 90 ਰੁਪਏ ਦੀ ਰਹੇਗੀ ਦੇਖੋ ਇੱਥੋਂ 10 ਰੁਪਏ ਦੀ ਵੈਲਿਊ ਮਤਲਬ ਕਿ 10 ਵੈਲਿਊ ਇਸ ਤੇ ਘਟ ਗਈ ਠੀਕ ਹੈ ਤਾਂ ਉਸ ਤੋਂ ਬਾਅਦ ਜਿਹੜਾ ਆਹ 90 ਬਚ ਗਿਆ ਨਾ ਅਗਲਾ 10% ਇਸ 90 ਤੇ ਲੱਗੇਗਾ ਇੱਥੇ ਆਪਾਂ ਨੇ 10% ਇਸ ਅਗਲੇ 90 ਤੇ ਲਾਤਾ ਤਾਂ ਇੱਥੇ ਦੇਖੋ 9 ਸੀਗਾ ਜਿਹੜਾ 9 ਦਾ 10% ਕੀ ਬਣੇਗਾ 10% ਕੱਢਣ ਦੇ ਲਈ ਆਪਾਂ ਜ਼ੀਰੋ ਕੱਟ ਦਿੰਨੇ ਹੁੰਨੇ ਆ ਮਤਲਬ ਕਿ ਦੇਖੋ 90 ਦੇ ਵਿੱਚੋਂ 9 ਘਟਾਉਣਾ ਪਏਗਾ ਆਪਾਂ ਨੂੰ 9 ਘਟਾ ਕੇ ਇੱਥੇ 81 ਰਹਿ ਜਾਏਗਾ ਉਹ ਠੀਕ ਹੈ ਤਾਂ ਦੇਖੋ ਉਸ ਤੋਂ ਬਾਅਦ ਇਹ ਤਾਂ ਹੋ ਗਿਆ ਵੈਲਿਊ ਕਿੰਨੀ ਰਹੇਗੀ ਠੀਕ ਹੈ ਮਤਲਬ ਕਿ ਦੋ ਵਾਰੀ 10-10% ਦਾ ਜੇਕਰ ਡਿਸਕਾਊਂਟ ਲਗਾ ਦਿੱਤਾ ਜਾਵੇ ਕਿਸੇ ਵਸਤੂ ਤੇ ਉਸ ਦਾ ਵਸਤੂ ਦਾ ਮੁੱਲ ਪਹਿਲਾਂ 100 ਸੀਗਾ ਤਾਂ ਉਹ ਵਸਤੂ ਦਾ ਮੁੱਲ 81 ਰਹਿ ਜਾਏਗਾ ਤੇ ਜੇਕਰ ਇਸ ਤੋਂ ਬਿਨਾ ਆਪਾਂ ਨੂੰ ਇਹ ਪੁੱਛਿਆ ਜਾਵੇ ਕਿ ਜਿਹੜਾ ਡਿਸਕਾਊਂਟ ਸੀਗਾ ਦੋ ਵਾਰੀ 10-10% ਦਾ ਡਿਸਕਾਊਂਟ ਲਗਾਉਣ ਤੋਂ ਬਾਅਦ ਕਿੰਨਾ ਟੋਟਲ ਡਿਸਕਾਊਂਟ ਬਣਿਆ ਉਹ ਬਣ ਗਿਆ 10% ਪਹਿਲੀ ਵਾਰ मतलब के 10 ਰੁਪਏ ਪਹਿਲੀ ਵਾਰ ਵੱਚਤ ਹੋ ਗਏ ਤੇ 9 ਰੁਪਏ ਬਾਅਦ ਦੇ ਵਿੱਚ ਠੀਕ ਹੈ ਜਾਂ ਕਹਿ ਸਕਦੇ ਹਾਂ ਕਿ 10% ਪਹਿਲਾਂ ਡਿਸਕਾਊਂਟ ਹੋ ਗਿਆ ਤੇ 9% ਬਾਅਦ ਦੇ ਵਿੱਚ ਹੋ ਗਿਆ ਠੀਕ ਹੈ ਮਤਲਬ ਕਿ 19% ਦੇਖੋ 100 ਤੋਂ 100 ਵੈਲਿਊ ਸੀਗੀ ਠੀਕ ਹੈ ਵੈਲਿਊ ਕਿੰਨੀ ਰਹੇਗੀ 81 19% ਉਸ ਤੋਂ ਡਿਸਕਾਊਂਟ ਹੋਇਆ ਜੇਕਰ ਉਸਨੇ ਦੋ ਵਾਰੀ 10-10 ਦਾ ਡਿਸਕਾਊਂਟ ਲਗਾਇਆ ਹੋਇਆ ਉਸ ਤੋਂ ਬਾਅਦ ਦੇਖੋ ਆਪਾਂ ਇਸੇ ਸਵਾਲ ਨੂੰ ਹੋਰ ਤਰੀਕੇ ਦੇ ਨਾਲ ਜਿਵੇਂ ਕਿ ਤੁਹਾਨੂੰ ਆਪਾਂ ਨੇ ਦੇਖੋ ਉਸ ਦੇ ਵਿੱਚ ਆਪਾਂ ਨੇ ਕੱਢ ਕੇ ਦਿਖਾਇਆ ਸੀਗਾ ਕਿ ਆਪਾਂ ਰੇਸ਼ਿਓ ਦੇ ਹਿਸਾਬ ਦੇ ਨਾਲ ਆਪਾਂ ਇਸ ਨੂੰ ਕਰ ਸਕਦੇ ਹਾਂ ਉਹ ਤਰੀਕਾ ਕਿਸ ਤਰ੍ਹਾਂ ਦਾ ਹੋਏਗਾ ਦੇਖੋ ਦੇਖੋ ਆਪਾਂ ਇਸ ਦੀ ਜਿਹੜੀ ਵੈਲਿਊ ਹੁੰਦੀ ਹੈ ਉਸ ਨੂੰ ਦੋ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ ਨਾ ਕਿਵੇਂ ਜਿਵੇਂ ਕਿ ਦੇਖੋ ਆਪਾਂ ਨੂੰ ਦਿੱਤੀ ਹੁੰਦੀ ਹੈ ਇੱਕ ਤਾਂ ਫਰਸਟ ਵੈਲਿਊ ਠੀਕ ਹੈ ਇਸ ਨੂੰ ਫਰਸਟ ਲਿਖ ਲਓ ਇੱਕ ਲਾਸਟ ਵੈਲਿਊ ਜਿਹੜੀ ਲਾਸਟ ਦੇ ਵਿੱਚ ਕਿਹੜੀ ਬਚ ਜਾਏਗੀ ਦੇਖੋ ਫਰਸਟ ਆਪਾਂ ਨੇ 100 ਮੰਨ ਲਈ ਸੀਗੀ ਉਸ ਤੋਂ ਬਾਅਦ ਕਿੰਨੀ ਰਹਿ ਗਈ ਸੀ ਕਿ 10% ਡਿਸਕਾਊਂਟ ਲਾਉਣ ਤੋਂ ਬਾਅਦ 90 ਰਹਿ ਗਈ ਸੀਗੀ ਉਸ ਤੋਂ ਬਾਅਦ ਫੇਰ ਜਿਹੜੀ ਆਪਾਂ 10% ਦੁਆਰੇ ਡਿਸਕਾਊਂਟ ਲਗਾਵਾਂਗੇ 100 ਪਹਿਲਾਂ ਸੀਗੀ ਦੁਆਰੇ ਡਿਸਕਾਊਂਟ ਲਗਾਉਣ ਤੋਂ ਬਾਅਦ ਫੇਰ ਉਹ 90 ਰਹਿ ਗਈ ਇੱਕ ਤਰ੍ਹਾਂ ਆਪਾਂ ਨੇ ਪਰਸੈਂਟ ਮੰਨੀ ਹੈਗੀ ਇਹ ਜਿਹੜਾ 90 ਸੀਗਾ ਉਸ ਨੂੰ ਵੀ ਆਪਾਂ ਨੇ 100 ਮੰਨ ਲਿਆ ਠੀਕ ਹੈ ਸਮਝ ਰਹੇ ਹੋਵੋਗੇ ਤੁਸੀਂ ਤਾਂ ਦੇਖੋ ਇਹ 0 ਦੇ ਨਾਲ ਇਹ 0 ਕੱਟ ਲਓ ਆ 0 ਦੇ ਨਾਲ ਆ 0 ਇਹ ਅਨੁਪਾਤ ਦੇ ਵਿੱਚ ਨੇ ਆਪਣੇ ਆਪ ਦੇ ਵਿੱਚ ਤਾਂ ਇੱਥੇ 10 ਦੀ 10 ਦੇ ਨਾਲ ਗੁਣਾ ਕਰੋ ਇੱਥੇ ਆ ਗਿਆ 100 ਇੱਥੇ 9 ਦੀ 9 ਨਾਲ ਗੁਣਾ ਕਰੋ ਇੱਥੇ ਆ ਗਿਆ 81 ਮਤਲਬ ਕਿ 100 ਰੁਪਏ ਵਾਲੀ ਵਸਤੂ 81 ਰੁਪਏ ਦੀ ਰਹਿ ਜਾਂਦੀ ਹੈ ਜੇਕਰ ਦੋ ਵਾਰੀ 10-10% ਦਾ ਡਿਸਕਾਊਂਟ ਲਗਾ ਦਿੱਤਾ ਜਾਵੇ ਪਹਿਲੀ ਵਾਰ ਜਦੋਂ ਡਿਸਕਾਊਂਟ ਲਗਾਇਆ ਉਹ ਵਸਤੂ ਰਹੇਗੀ 90 ਦੀ ਜਦੋਂ ਫਿਰ 10% ਦਾ ਡਿਸਕਾਊਂਟ ਲਗਾਇਆ ਤਾਂ ਉਹ ਵਸਤੂ ਰਹੇਗੀ 81 ਦੀ ਮਤਲਬ ਕਿ 9 ਫਿਰ ਉੱਥੋਂ ਕੱਟ ਜਾਏਗਾ ਠੀਕ ਹੈ ਉਸ ਤੋਂ ਬਾਅਦ ਦੇਖੋ ਅਗਲੇ ਸਵਾਲ ਦੇ ਵੱਲ ਵਧਦੇ ਹਾਂ ਚਲੋ ਇੱਕ ਵਾਰ ਇੱਕ ਇੱਕ ਚੀਜ਼ ਤੁਸੀਂ ਇਸੇ ਵਿੱਚ ਹੋਰ ਦੇਖ ਲਓ ਕਿ ਦੇਖੋ ਜੇਕਰ ਦੋ ਵਾਰੀ 50 50% ਦਾ ਡਿਸਕਾਊਂਟ ਲਗਾਇਆ ਜਾਵੇ ਆਪਾਂ ਬਥੇਰੀਆਂ ਦੁਕਾਨਾਂ ਤੇ ਇਹ ਵੀ ਦੇਖਦੇ ਆ 50% ਡਿਸਕਾਊਂਟ ਪਲੱਸ 50% ਡਿਸਕਾਊਂਟ ਠੀਕ ਹੈ ਜੇਕਰ ਆਪਾਂ ਇਸ ਤਰ੍ਹਾਂ ਦੇਖੀਏ ਤਾਂ ਆਪਾਂ ਨੂੰ ਕੀ ਲੱਗੇਗਾ ਕਿ ਉਹ ਤਾਂ ਵਸਤੂ ਫਰੀ ਦੀ ਬਣ ਗਈ ਨਾ ਜਿਵੇਂ 50% ਡਿਸਕਾਊਂਟ ਫਿਰ ਪਲੱਸ 50% ਡਿਸਕਾਊਂਟ ਇਸ ਤਰ੍ਹਾਂ ਆਪਾਂ ਲਿਖਿਆ ਹੋਇਆ ਦੇਖਦੇ ਆ ਦੁਕਾਨ ਤੇ ਪਰ ਜੇਕਰ ਆਪਾਂ ਦੇਖੀਏ ਇਹਨਾਂ ਦਾ 50 ਤੇ 50 100 100% ਡਿਸਕਾਊਂਟ ਇਹਦਾ ਮਤਲਬ ਤਾਂ ਉਹ ਵਸਤੂ ਫਰੀ ਦੀ ਬਣ ਗਈ ਪਰ ਇਹ ਇਦਾਂ ਨਹੀਂ ਹੁੰਦਾ ਦੇਖੋ 100 ਰੁਪਏ ਦੀ ਉਹ ਵਸਤੂ ਹੈਗੀ ਠੀਕ ਹੈ 100 ਰੁਪਏ ਦੀ ਵਸਤੂ ਉਸਦੇ ਉੱਤੇ 50% ਦਾ ਡਿਸਕਾਊਂਟ ਲਗਾ ਦਿੱਤਾ ਤਾਂ ਉਹ ਵਸਤੂ ਕਿੰਨੇ ਦੀ ਰਹੇਗੀ 50 ਦੀ ਉਹ ਵਸਤੂ 50 ਦੀ ਰਹੇਗੀ ਮਤਲਬ ਕਿ 50 ਇੱਥੋਂ ਉਸਦਾ ਰੇਟ ਘਟ ਗਿਆ 50 ਰੁਪਏ ਠੀਕ ਹੈ ਉਸ ਤੋਂ ਬਾਅਦ ਦੇਖੋ 50 ਦੀ ਫੇਰ ਡਿਸਕਾਊਂਟ ਲਗਾ ਦਿੱਤਾ 50 ਦਾ ਫੇਰ ਡਿਸਕਾਊਂਟ ਲਗਾ ਦਿੱਤਾ ਮਤਲਬ ਕਿ ਜਿਹੜੀ ਉਹ ਵੈਲਿਊ ਸੀਗੀ ਮਤਲਬ ਕਿ ਜਿਹੜੀ ਉਹ ਵੈਲਿਊ ਸੀਗੀ ਠੀਕ ਹੈ ਉਸਦਾ 50 ਦਾ 50% ਕਰ ਲਓ ਇੱਥੇ 25 ਆਨਸਰ ਆ ਜਾਏਗਾ ਠੀਕ ਹੈ ਇੱਥੇ ਮਤਲਬ ਕਿ ਦੇਖੋ ਕਿੰਨੀ ਘਟ ਗਈ ਇਹ 25 ਘਟ ਗਈ 50 ਦੇ ਵਿੱਚੋਂ ਇਹਨਾਂ ਦਾ ਦੋਨਾਂ ਦਾ ਜੋੜ ਕਰ ਲਓ ਕਿ ਉਹ origignal ਤੋਂ ਬਾਅਦ ਕਿੰਨਾ ਡਿਸਕਾਊਂਟ ਹੋਇਆ 50 ਤੇ 25 75 ਦਾ ਡਿਸਕਾਊਂਟ ਇੱਥੇ ਹੋ ਗਿਆ ਠੀਕ ਹੈ 50 75 ਦੀ ਇੱਥੇ ਡਿਸਕਾਊਂਟ ਹੋ ਜਾਂਦੇਗਾ ਕਿ 100 ਦੀ ਵਸਤੂ ਸੀ ਜਿਹੜੀ ਦੋ ਵਾਰੀ 50 50 ਦਾ ਡਿਸਕਾਊਂਟ ਲਗਾਣ ਤੇ ਉਹ 25% ਵੈਲਿਊ ਰਹਿ ਗਈ ਉਸ ਵਸਤੂ ਦੀ ਜਿਹੜੀ ਆਪਣੀ origignal ਵੈਲਿਊ ਸੀਗੀ ਉਸ ਤੋਂ ਬਾਅਦ ਦੇਖੋ ਇੱਕ ਚੀਜ਼ ਹੋਰ ਦੇਖ ਲਓ ਤੁਸੀਂ ਜੇਕਰ ਅਲੱਗ-ਅਲੱਗ ਡਿਸਕਾਊਂਟ ਵੀ ਲਗਾ ਦਿੱਤਾ ਸੌਰੀ ਤਿੰਨ ਵਾਰੀ ਡਿਸਕਾਊਂਟ ਦਿਖਾ ਦਿੰਨੇ ਤੁਹਾਨੂੰ ਲਗਾ ਕੇ ਜਿਵੇਂ ਕਿ ਆਪਾਂ ਨੇ ਦੋ ਵਾਰੀ 50-50 ਦਾ ਲਗਾਏ ਸੀਗਾ ਇੱਥੇ ਠੀਕ ਹੈ ਇੱਥੇ ਤਿੰਨ ਵਾਰੀ ਜੇਕਰ 20-20 ਦਾ ਵੀ ਡਿਸਕਾਊਂਟ ਲਗਾ ਦਿੱਤਾ ਜਾਵੇ ਦੇਖੋ 100 ਰੁਪਏ ਦੀ ਇੱਥੇ ਵਸਤੂ ਸੀਗੀ ਉਸਦੇ ਉੱਤੇ 20% ਦਾ ਡਿਸਕਾਊਂਟ ਲਗਾ ਦਿੱਤਾ ਠੀਕ ਹੈ 20% ਦਾ ਡਿਸਕਾਊਂਟ ਲਗਾ ਦਿੱਤਾ ਉਹ ਵਸਤੂ ਰਹਿ ਗਈ 80 ਦੀ ਠੀਕ ਹੈ 80 ਦੀ ਰਹਿ ਜਾਂਦੀ ਹੈ ਉਸ ਤੋਂ ਬਾਅਦ ਦੁਬਾਰਾ ਡਿਸਕਾਊਂਟ ਇਸ ਤੇ ਫੇਰ ਲਗਾ ਦਿੱਤਾ ਜਾਂਦੇਗਾ ਆ ਦੇਖੋ ਇੱਥੇ 20 ਇਸ ਦੀ ਵੈਲਿਊ ਘਟ ਜਾਂਦੀ ਹੈ ਇਸ ਤੇ ਫਿਰ ਡਿਸਕਾਊਂਟ ਲਗਾ ਦਿੱਤਾ ਜਾਂਦੇਗਾ 20 ਦਾ ਹੀ ਤਿੰਨ ਵਾਰੀ ਆਪਾਂ 20 20 ਦਾ ਡਿਸਕਾਊਂਟ ਲਗਾ ਰਹੇ ਹਾਂਗੇ ਦੇਖੋ ਇੱਥੇ ਇੱਥੇ 80 ਤੇ 20 ਦਾ ਡਿਸਕਾਊਂਟ ਦੁਆਰਾ 80 ਦਾ 10% ਕਿੰਨਾ ਹੁੰਦਾ 8 8 2 16 ਠੀਕ ਹੈ ਇੱਥੇ 16 ਘਟਾ ਲਓ 80 ਦੇ ਵਿੱਚੋਂ 80 ਦੇ ਵਿੱਚੋਂ 16 ਘਟਾ ਕੇ ਤਾਂ ਆਪਣੇ ਕੋਲ ਇੱਥੇ ਰਹਿ ਜਾਏਗਾ 64 ਰਹਿ ਜਾਏਗਾ ਇਸ ਤੋਂ ਬਾਅਦ 20 ਦਾ ਹੋਰ ਡਿਸਕਾਊਂਟ ਲਗਾ ਦਿਓ ਇਸ ਤੇ 64 ਤੇ ਜਦੋਂ 64 ਦਾ 10% ਕਿੰਨਾ ਹੋਏਗਾ ਦੇਖੋ 6.4 6.4 ਦੀ 2 ਦੇ ਨਾਲ ਗੁਣਾ ਕਰ ਲਓ 12.8 ਹੋ ਜਾਏਗਾ 12.8 ਆਪਾਂ ਇਸ ਨੂੰ ਕਹਿ ਸਕਦੇ ਹਾਂਗੇ 12.8 ਠੀਕ ਹੈ ਵੈਲਿਊ ਕਿੰਨੀ ਘਟੇਗੀ ਇਸ ਦੀ ਦੇਖੋ ਪਹਿਲਾਂ ਦੇ ਨਾਲ ਸੌਰੀ 12.8 ਇਸ ਦੀ ਵੈਲਿਊ ਘਟੇਗੀ 12.8 ਇਸ ਦੀ ਵੈਲਿਊ ਘਟੇਗੀ 10% ਵੈਲਿਊ ਘਟੇਗੀ ਹੁਣ ਦੇਖੋ 64 ਦੇ ਵਿੱਚੋਂ ਜਦੋਂ 12.8 ਘਟਾਵਾਂਗੇ ਤਾਂ 51.2 ਰਹਿ ਜਾਏਗਾ ਆਪਣਾ ਠੀਕ ਹੈ 51.2 ਆਪਣਾ ਇਸ ਦਾ ਬਾਕੀ ਬਚ ਜੇਗਾ ਤਾਂ ਦੇਖੋ ਇਸੇ ਸਵਾਲ ਨੂੰ ਜੇਕਰ ਆਪਾਂ ਰੇਸ਼ਿਓ ਦੇ ਹਿਸਾਬ ਦੇ ਨਾਲ ਆਪਾਂ ਸੋਲਵ ਕਰੀਏ ਤਾਂ ਕਿਸ ਤਰ੍ਹਾਂ ਦੇਖੋ ਇਸ ਨੂੰ ਸੋਲਵ ਕਰ ਸਕਦੇ ਆ ਠੀਕ ਹੈ ਚਲੋ ਰੇਸ਼ਿਓ ਦੇ ਵਿੱਚ ਤੁਹਾਨੂੰ ਚਲੋ ਆਪਾਂ ਹੋਰ ਸਵਾਲ ਕਰਕੇ ਦਿਖਾ ਦਿੰਨੇ ਆ 10 10 ਵਾਲਾ ਦੇਖੋ ਰੇਸ਼ਿਓ ਦੇ ਵਿੱਚ ਇਸ ਤਰ੍ਹਾਂ ਵੀ ਆਪਾਂ ਇਸ ਨੂੰ ਕਰ ਸਕਦੇ ਆ ਦੇਖੋ 100 ਦੀ ਵਸਤੂ ਸੀਗੀ 10 ਦਾ ਡਿਸਕਾਊਂਟ ਕੀਤਾ ਕਿੰਨੇ ਦੀ ਰਹੇਗੀ 90 ਦੀ ਫਿਰ 10 ਦਾ ਡਿਸਕਾਊਂਟ ਕੀਤਾ ਠੀਕ ਹੈ ਹੋ ਰਹੇਗੀ 81 ਦੀ 10 ਦਾ ਡਿਸਕਾਊਂਟ ਕਰਨ ਤੋਂ ਬਾਅਦ ਫਿਰ 10 ਦਾ ਡਿਸਕਾਊਂਟ ਕੀਤਾ ਤਾਂ ਉਹ ਵਸਤੂ ਦੇਖੋ 8.1 ਹੋ ਗਿਆ ਠੀਕ ਹੈ ਇਸ ਦੇ ਵਿੱਚ ਜਦੋਂ ਆਪਾਂ ਇਸ ਨੂੰ ਘਟਾਤਾ ਤਾਂ ਉਹ ਆਪਣਾ ਇਸਦੀ ਵੈਲਿਊ ਕਿੰਨੀ ਰਹੇਗੀ 72.9 ਰਹੇਗੀ ਠੀਕ ਹੈ ਇਸ ਨੂੰ ਚਲੋ ਆਪਾਂ ਰੇਸ਼ੋ ਵਾਲੇ ਮੈਥਡ ਦੇ ਨਾਲ ਜੇਕਰ ਆਪਾਂ ਇਸ ਨੂੰ ਸੋਲਵ ਕਰੀਏ ਤਾਂ ਕਿਸ ਤਰ੍ਹਾਂ ਕਰਾਂਗੇ ਦੇਖੋ ਤਿੰਨ ਵਾਰੀ 10-10 ਦਾ ਡਿਸਕਾਊਂਟ ਲੱਗੇਗਾ 100 ਦੀ ਵੈਲਿਊ ਸੀਗੀ 100 ਦੀ ਵਸਤੂ ਸੀਗੀ ਕਿੰਨੇ ਦੀ ਰਹੇਗੀ 90 ਦੀ 100 ਦੀ ਵਸਤੂ ਸੀਗੀ ਕਿੰਨੇ ਦੀ ਰਹੇਗੀ 90 ਦੀ 100 ਦੀ ਵਸਤੂ ਸੀਗੀ ਕਿੰਨੇ ਦੀ ਰਹੀ 90 ਦੀ ਇਹਨਾਂ ਦਾ ਦੇਖੋ ਇਹ ਅਨੁਪਾਤ ਦੇ ਵਿੱਚ ਨੇ ਆਪਣੇ ਆਪ ਦੇ ਵਿੱਚ ਜਦੋਂ ਅਨੁਪਾਤ ਦੇ ਵਿੱਚ ਹੁਣ ਤਾਂ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਕੱਟ ਸਕਦੇ ਹੁੰਨੇ ਆ ਠੀਕ ਹੈ ਤਾਂ ਦੇਖੋ 10 ਦੀ ਸਕਰ 10 ਦਾ ਕਯੂਬ ਕਿੰਨਾ ਹੁੰਦਾਗਾ 1000 ਠੀਕ ਹੈ ਤੇ 9 ਦਾ ਕਯੂਬ ਕਿੰਨਾ ਹੁੰਦਾਗਾ 700 729 ਹੁੰਦਾਗਾ ਇਸ ਦਾ ਠੀਕ ਹੈ ਤਾਂ ਦੇਖੋ 1000 ਦੀ ਵਸਤੂ ਸੀਗੀ ਠੀਕ ਹੈ 729 ਦੇ ਵਿੱਚ ਉਹ ਵਸਤੂ ਵੇਚੀ ਜਾ ਰਹੀ ਹੈਗੀ ਠੀਕ ਹੈ ਠੀਕ ਹੈ ਮਤਲਬ ਕਿ ਤਿੰਨ ਵਾਰ ਡਿਸਕਾਊਂਟ ਲਗਾਉਣ ਤੋਂ ਬਾਅਦ ਜਿਹੜੀ ਉਸਦੀ ਵੈਲਿਊ ਰਹਿ ਜਾਂਦੀ ਹੈਗੀ 729 ਰਹਿ ਜਾਂਦੀ ਹੈਗੀ ਤਾਂ ਉਸ ਤੋਂ ਬਾਅਦ ਇਹਨਾਂ ਦਾ ਜਦੋਂ ਆਪਾਂ ਘਟਾ ਕਰਾਂਗੇ ਦੇਖੋ 729 ਨੂੰ ਜਦੋਂ ਆਪਾਂ ਉਸ ਦੇ ਵਿੱਚੋਂ ਘਟਾਵਾਂਗੇ ਤਾਂ ਆਪਣਾ ਦੇਖੋ ਕਿੰਨਾ ਬਚ ਜਾਏਗਾ ਇਸ ਤਾਂ 270 ਤੇ ਇੱਕ ਹੋਰ ਘਟਾ दो ਉਸ ਤੇ ਵਿੱਚੋਂ ਆ ਇੱਕ ਜੋੜ ਦੋ 271 ਰਹਿ ਗਿਆ 271 ਦਾ ਟੋਟਲ ਡਿਸਕਾਊਂਟ ਲੱਗੇਗਾ ਦੇਖੋ 1000 ਦੇ ਵਿੱਚੋਂ ਜਦੋਂ 271 ਘਟਾਇਆ ਤਾਂ 729 ਤਾਂ ਹੀ ਬਚਿਆ ਸੀਗਾ ਜੇਕਰ ਆਪਾਂ ਨੇ ਇਸ ਦਾ ਪਰਸੈਂਟ ਪਤਾ ਕਰਨਾ ਹੋਵੇ ਡਿਸਕਾਊਂਟ ਦਾ ਤਾਂ ਆਪਾਂ ਇਸ ਦਾ نیچے 1000 ਲਿਖ ਕੇ ਗੁਣਾ ਕਰ ਲਾਂਗੇ 100 ਦੇ ਨਾਲ ਦੋ ਜ਼ੀਰੋਆਂ ਕੱਟ ਗਈਆਂ ਦੇਖੋ ਇੱਕ ਜ਼ੀਰੋ نیچے ਬਚ ਗਈ ਤਾਂ ਇੱਥੇ ਉੱਪਰ ਪੁਆਇੰਟ ਲੱਗ ਜਾਏਗਾ 27.21 ਦਾ ਆਨਸਰ ਹੋਏਗਾ ਜਦੋਂ ਆਪਾਂ ਇਸ ਨੂੰ ਇਸ ਤਰੀਕੇ ਦੇ ਨਾਲ ਪਤਾ ਕਰਾਂਗੇ ਠੀਕ ਹੈ ਤਾਂ ਉਸ ਤੋਂ ਬਾਅਦ ਦੇਖੋ ਤੁਹਾਨੂੰ ਇੱਕ ਹੋਰ ਕਰਕੇ ਦਿਖਾ ਦਿੰਦੇ ਆਂਗੇ ਜੇਕਰ ਅਲੱਗ ਅਲੱਗ ਵੈਲਿਊਜ਼ ਹੋ ਲੱਗੀਆਂ ਹੋਣ ਅਲੱਗ ਅਲੱਗ ਵੈਲਿਊਜ਼ ਤੇ ਜੇਕਰ ਆਪਾਂ ਨੇ ਪਤਾ ਕਰਨਾ ਹੈਗਾ ਜਿਵੇਂ ਕਿ ਦੇਖੋ 10% ਤੇ ਬਾਅਦ ਦੇ ਵਿੱਚ 20% ਡਿਸਕਾਊਂਟ ਦੋ ਵਾਰੀ ਲੱਗਿਆ ਹੋਵੇ ਤਾਂ ਆਪਾਂ ਉਸ ਨੂੰ ਸੋਲਵ ਕਿਸ ਤਰ੍ਹਾਂ ਕਰਾਂਗੇ ਦੇਖੋ ਦੇਖੋ 100 ਦੀ ਵਸਤੂ ਸੀਗੀ 10% ਇਸ ਤੇ ਡਿਸਕਾਊਂਟ ਲਗਾ ਦਿੱਤਾ 90 ਦੀ ਰਹੇਗੀ ਠੀਕ ਹੈ ਉਸ ਤੋਂ ਬਾਅਦ 20% ਫੇਰ ਡਿਸਕਾਊਂਟ ਲਗਾ ਦਿੱਤਾ 20% ਦੇਖੋ 9 ਇਸ ਦਾ ਇਸ ਦਾ 10 ਨੀਚੇ ਲਗਾਵਾਂਗੇ ਜਦੋਂ 10% ਕੱਢਣ ਦੇ ਵਾਸਤੇ ਜ਼ੀਰੋ ਦੇ ਨਾਲ ਜ਼ੀਰੋ ਕੱਟ ਜਗੇ 9 ਹੋ ਗਿਆ ਮਤਲਬ ਕਿ 10% ਤਾਂ 9 ਹੋ ਗਿਆ ਤੇ ਆਪਾਂ ਨੇ ਕੱਢਣਾ ਹੈਗਾ 20% 18 ਘਟਾਵਾਂਗੇ ਇੱਥੇ 18 ਇੱਥੇ ਆਪਾਂ ਨੇ 10 ਘਟਾਇਆ ਸੀਗਾ ਤਾਂ ਇੱਥੇ ਕਿੰਨਾ ਰਹਿ ਜਾਏਗਾ ਆਪਣੇ ਕੋਲ 72 ਠੀਕ ਹੈ ਤਾਂ ਇਹ ਆਪਣਾ ਦੇਖੋ ਇਸ ਤਰ੍ਹਾਂ ਆਨਸਰ ਹੋਏਗਾ 72 ਰੁਪਏ ਦੀ ਵਸਤੂ ਰਹੇਗੀ 100 ਵਾਲੀ ਸੀਗੀ ਜਿਹੜੀ ਜਦੋਂ ਆਪਾਂ ਨੇ ਪਹਿਲਾਂ 10% ਡਿਸਕਾਊਂਟ ਲਗਾਤਾ ਤੇ 20% ਫੇਰ ਲਗਾ ਦਿੱਤਾ ਤਾਂ ਜੇਕਰ ਆਪਾਂ ਨੂੰ ਪੁੱਛਿਆ ਜਾਵੇ ਕਿ ਟੋਟਲ ਡਿਸਕਾਊਂਟ ਕਿੰਨਾ ਲੱਗੇਗਾ ਉਹ ਲੱਗਿਆ ਜੀ ਠੀਕ ਹੈ 28% ਦਾ ਡਿਸਕਾਊਂਟ ਇਸ ਤੇ ਲੱਗੇਗਾ ਇਸ ਵਸਤੂ ਤੇ ਤਾਂ ਉਸ ਤੋਂ ਬਾਅਦ ਦੇਖੋ ਅੱਗੇ ਵਧਦੇ ਹਾਂ ਹਾਂ ਦੇਖੋ ਜੇਕਰ ਆਪਾਂ ਨੇ ਇਸੇ ਸਵਾਲ ਨੂੰ ਦੂਜੇ ਤਰੀਕੇ ਦੇ ਨਾਲ ਵੀ ਸੋਲਵ ਕਰਨਾ ਹੋਵੇ ਇਸੇ ਸਵਾਲ ਨੂੰ ਦੇਖੋ ਆਪਾਂ ਦੂਜੇ ਤਰੀਕੇ ਦੇ ਨਾਲ ਵੀ ਸੋਲਵ ਕਰਨਾ ਹੋਵੇ ਤਾਂ ਆਪਾਂ ਇਸ ਤਰ੍ਹਾਂ ਲਿਖਾਂਗੇ 100 ਠੀਕ ਹੈ 100 ਦੀ ਵਸਤੂ ਸੀਗੀ 90 ਦੀ ਰਹਿ ਗਈ ਸੀਗੀ 10 ਲੱਗਿਆ 100 ਦੀ ਵਸਤੂ ਸੀਗੀ 80 ਦੀ ਰਹਿ ਗਈ ਸੀਗੀ ਠੀਕ ਹੈ ਉਸ ਤੋਂ ਬਾਅਦ 0 ਦੇ ਨਾਲ ਆ 0 ਦੇ ਨਾਲ ਆ ਇਸ ਤਰ੍ਹਾਂ ਆਪਾਂ ਕੱਟ ਸਕਦੇ ਹਾਂ ਇਹਨਾਂ ਦੀ ਗੁਣਾ ਕੀਤੀ ਆਪਾਂ ਨੇ 100 ਆ ਗਿਆ ਠੀਕ ਹੈ ਇੱਥੇ 72 ਆ ਗਿਆ ਦੇਖੋ ਤੁਹਾਨੂੰ 72 ਦੀ ਇਹ ਦੱਸਿਆ ਸੀਗਾ 72 ਦੀ ਵਸਤੂ ਰਹੇਗੀ 100 ਦੀ ਸੀਗੀ ਜਿਹੜੀ ਉਸ ਤੋਂ ਬਾਅਦ ਦੇਖੋ ਅਗਲੇ ਸਵਾਲ ਦੇ ਵੱਲ ਵਧਦੇ ਹਾਂ ਲਗਾਤਾਰ ਦੋ ਛੋਟਾਂ 15% 30% ਇਸ ਤੋਂ ਬਾਅਦ ₹100 ਵਾਲੀ ਵਸਤੂ ਦਾ ਠੀਕ ਹੈ ਮੁੱਲ ਕੀ ਰਹਿ ਜਾਏਗਾ ਜਿਵੇਂ ਕਿ ₹100 ਦੀ ਕੋਈ ਵਸਤੂ ਹੈਗੀ ਠੀਕ ਹੈ ਉਸ ਤੇ ਉੱਤੇ ਪਹਿਲਾਂ 15% ਦਾ ਡਿਸਕਾਊਂਟ ਲਗਾ ਦਿੱਤਾ ਜਾਂਦਾ ਹੈ ਫਿਰ ਉਸ ਦੇ ਉੱਤੇ ਆਪਾਂ ਨੂੰ 30% ਦਾ ਡਿਸਕਾਊਂਟ ਲਗਾ ਦਿੱਤਾ ਜਾਂਦਾ ਹੈ ਤਾਂ ਆਪਾਂ ਦੇਖੋ ਉਸ ਦਾ ਵੈਲਿਊ ਕਿੰਨੀ ਰਹੇਗੀ 100 ਰੁਪਏ ਦੀ ਵਸਤੂ ਸੀਗੀ ਠੀਕ ਹੈ ਉਸ ਦੇ ਉੱਤੇ ਕਿੰਨੇ ਦਾ ਡਿਸਕਾਊਂਟ ਲੱਗਿਆ 15 ਦਾ 15 ਦਾ ਜਦੋਂ ਡਿਸਕਾਊਂਟ ਲਗਾ ਦਿੱਤਾ ਤਾਂ ਉਹ ਵਸਤੂ ਕਿੰਨੇ ਦੀ ਰਹੇਗੀ 85 ਦੀ ਰਹੇਗੀ ਠੀਕ ਹੈ ਤਾਂ ਉਸ ਤੋਂ ਬਾਅਦ ਦੇਖੋ ਅਗਲਾ ਡਿਸਕਾਊਂਟ ਕਿੰਨੇ ਦਾ ਲੱਗੇਗਾ ਅਗਲਾ ਡਿਸਕਾਊਂਟ ਲਗਾਣੇਗਾ ਆਪਣੇ 30 ਦਾ ਇਸ ਤਾਂ ਦੇਖੋ 8.5 ਹੁੰਦਾਗਾ 8.5 ਰਹਿ ਜਾਏਗਾ 10% ਠੀਕ ਹੈ 8.5 ਦੀ ਜਦੋਂ ਆਪਾਂ ਨੇ ਤਿੰਨ ਵਾਰੀ ਗੁਣਾ ਕੀਤੀ 8 3 24 ਹੁੰਦਾਗਾ 1.5 ਹੋਰ ਜੋੜ ਦੋ ਉਸ ਦੇ ਵਿੱਚ 25.5 ਇਸ ਦੇ ਵਿੱਚ ਹੋਰ ਜੋੜਨਾ ਪਏਗਾ ਦੇਖੋ 30% ਦਾ ਆਪਾਂ ਨੇ ਇੱਥੇ ਡਿਸਕਾਊਂਟ ਫੇਰ ਤੋਂ ਲਗਾਣੇਗਾ ਠੀਕ ਹੈ ਇੱਥੇ 25.5 ਇਸ ਦੇ ਵਿੱਚੋਂ ਘਟਾਉਣਾ ਪਏਗਾ ਆਪਾਂ ਨੂੰ ਇੱਥੇ ਆਪਾਂ ਨੇ 15 ਘਟਾਇਆ ਸੀਗਾ ਇੱਥੇ 25.5 ਘਟਾਉਣਾ ਪਏਗਾ ਤਾਂ ਆਪਣਾ ਇਸ ਤਾਂ ਆਨਸਰ ਰਹੇਗੀ 59.5 ਠੀਕ ਹੈ ਇੰਨੇ ਦੀ ਵਸਤੂ ਰਹੇਗੀ ਜਿਹੜੀ 100 ਰੁਪਏ ਦੀ ਵਸਤੂ ਸੀਗੀ ਇੰਨੇ ਵਾਰ ਡਿਸਕਾਊਂਟ ਲਗਾਉਣ ਤੋਂ ਬਾਅਦ ਜੇਕਰ ਟੋਟਲ ਡਿਸਕਾਊਂਟ ਕਿੰਨਾ ਲੱਗਿਆ 15 ਇਹ 25 ਇਹ 15 ਦੇ 25 40 40.5 ਇੰਨੇ ਦਾ ਡਿਸਕਾਊਂਟ ਇਸ ਤੇ ਲੱਗੇਗਾ ਜੇਕਰ ਅਨੁਪਾਤ ਵਾਲੇ ਮੈਥਡ ਦੇ ਨਾਲ ਇਸ ਨੂੰ ਸੋਲਵ ਕਰਨਾ ਹੋਵੇ ਅਨੁਪਾਤ ਵਾਲੇ ਦੇ ਨਾਲ ਇਹ ਸਵਾਲ ਵਾਲਾ ਈਜ਼ੀ ਹੋ ਜਾਏਗਾ ਤਾਂ ਦੇਖੋ ਉਸ ਤਰੀਕੇ ਦੇ ਨਾਲ ਆਪਾਂ 100 ਰੁਪਏ ਦੀ ਵਸਤੂ ਸੀਗੀ ਠੀਕ ਹੈ 15 ਦਾ ਡਿਸਕਾਊਂਟ ਲੱਗਿਆ ਉਸਤੇ ਦੇਖੋ 15 ਦਾ ਡਿਸਕਾਊਂਟ ਲੱਗਣ ਤੋਂ ਬਾਅਦ ਉਹ ਵਸਤੂ ਰਹਿ ਗਈ 85 ਦੀ ਉਸ ਤੋਂ ਬਾਅਦ ਫਿਰ ਕਿੰਨੇ ਦੀ ਸੀਗੀ ਉਹ ਵਸਤੂ 100 ਰੁਪਏ ਦੀ ਸੀਗੀ ਕਿੰਨੇ ਦੀ ਰਹਿ ਗਈ ਸੀਗੀ 30 ਡਿਸਕਾਊਂਟ ਲੱਗਣ ਤੋਂ ਬਾਅਦ 70 ਦੀ ਰਹਿ ਗਈ ਜ਼ੀਰੋ ਦੇ ਨਾਲ ਜ਼ੀਰੋ ਕੱਟ ਲਓ ਅਨੁਪਾਤਾਂ ਦੇ ਵਿੱਚ ਨੇ ਇਹ ਦੇਖੋ ਠੀਕ ਹੈ ਤਾਂ ਉਸ ਤੋਂ ਬਾਅਦ ਇੱਥੇ 100 ਦੀ ਵਸਤੂ ਸੀਗੀ ਤਾਂ ਇੱਥੇ ਇਹਨਾਂ ਦੀ ਜਦੋਂ ਆਪਾਂ ਗੁਣਾ ਕਰਾਂਗੇ 85 ਦੀ ਠੀਕ ਹੈ 85 ਦੀ ਜਦੋਂ 7 ਦੇ ਨਾਲ ਗੁਣਾ ਕੀਤੀ ਉਹੀ ਆਪਣਾ 595 ਇਸ ਆ ਜਾਏਗਾ ਠੀਕ ਹੈ 595 ਇਸ ਤਾਂ ਆਪਣਾ ਸੋਲੂਸ਼ਨ ਆ ਜਾਏਗਾ ਦੇਖੋ ਇੱਕ ਸੌਰੀ 1000 ਦੀ ਵਸਤੂ ਸੀਗੀ ਦੇਖੋ ਦੋ ਜ਼ੀਰੋ ਉੱਪਰ ਨੇ ਇੱਕ ਜ਼ੀਰੋ نیچے ਹੈਗੀ 1000 ਦੀ ਵਸਤੂ 595 ਦੀ ਰਹਿ ਚੁੱਕੀ ਹੈਗੀ ਤਾਂ ਇਸ ਦਾ ਦੇਖੋ ਡਿਸਕਾਊਂਟ ਕਿੰਨਾ ਹੋਇਆ 1000 ਦੇ ਵਿੱਚੋਂ 595 ਘਟਾਇਆ ਤਾਂ 405 ਰਹਿ ਗਿਆ ਆਪਣੇ ਕੋਲ 405 ਰਹਿ ਜਾਏਗਾ ਆਪਣੇ ਕੋਲ ਠੀਕ ਹੈ 405 ਰੁਪਏ ਦਾ ਉਸਤੇ ਉੱਤੇ ਡਿਸਕਾਊਂਟ ਹੋ ਚੁੱਕਾ ਹੈ ਉਸ ਦਾ ਠੀਕ ਹੈ 595 ਰੁਪਏ ਦੀ ਵਸਤੂ ਉਹਦਾ ਮੁੱਲ ਰਹਿ ਜਾਂਦੇਗਾ 595 ਠੀਕ ਹੈ ਜੇਕਰ ਆਪਾਂ ਨੂੰ ਪੁੱਛਿਆ ਜਾਵੇ ਡਿਸਕਾਊਂਟ ਕਿੰਨੇ ਦਾ ਹੋਇਆ ਤਾਂ 40.5 ਦਾ ਡਿਸਕਾਊਂਟ ਹੋਇਆ ਕਿਉਂਕਿ ਆਪਾਂ ਨੂੰ 100 ਰੁਪਏ ਦੀ ਵਾਲੀ ਵਸਤੂ ਕਿਹਾ ਸੀਗਾ ਇੱਥੇ ਜਿਹੜਾ 100 ਰੁਪਏ ਦੀ ਵਸਤੂ ਜੇਕਰ ਆਪਾਂ ਮੰਨਾਂਗੇ ਇਸ ਦੇ ਨਾਲੋਂ ਇੱਕ ਜ਼ੀਰੋ ਕਟਾਣੀ ਪੈਗੀ ਦੇਖੋ ਇਸ ਦੇ ਨਾਲੋਂ ਆ ਜ਼ੀਰੋ ਕਟਾ ਦਿਓ ਇਸ ਦੇ ਨਾਲੋਂ ਇੱਥੇ ਪੁਆਇੰਟ ਲਗਾ ਦਿਓ 59.5 ਦਾ ਰਹਿ ਗਿਆ ਇੱਥੇ ਆਪਾਂ ਨੇ ਆ ਪੁਆਇੰਟ ਤਾਂ ਕਰਕੇ ਲਗਾਇਆ ਕਿਉਂਕਿ ਆਪਾਂ ਨੇ 100 ਵਾਲੀ ਦੇ ਕੱਢੇਗਾ 1000 ਵਾਲੀ ਦਾ ਨਹੀਂ ਤਾਂ ਕਰਕੇ ਆਪਾਂ ਨੇ ਇੱਕ ਅੱਖਰ ਪਿਛਲਾ ਇਸ ਦਾ ਛੱਡ ਤਾਂ ਉਸ ਤੋਂ ਬਾਅਦ ਦੇਖੋ ਅਗਲੇ ਪ੍ਰਸ਼ਨ ਦੇ ਵੱਲ ਵਧਦੇ ਆ ਲਗਾਤਾਰ ਛੋਟਾਂ 20% 25% 10% ਤੋਂ ਬਾਅਦ 200 ਰੁਪਏ ਵਾਲੀ ਵਸਤੂ ਦਾ ਮੁੱਲ ਕੀ ਰਹਿ ਜਾਏਗਾ ਦੇਖੋ ਲਗਾਤਾਰ ਛੋਟਾਂ ਆਪਾਂ ਦਿੱਤੀਆਂ ਹੋਈਆਂ ਨੇ ਇਸ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਆਪਾਂ ਦੂਜੇ ਤਰੀਕੇ ਰੇਸ਼ੋ ਵਾਲੇ ਨਾਲ ਹੀ ਸੋਲਵ ਕਰਦੇ ਆਂ 20% ਨੂੰ ਕੀ ਕਹਿੰਦੇ ਹੁੰਦੇ ਆ 1/5 ਠੀਕ ਹੈ 25% ਵਾਲੇ ਨੂੰ ਕੀ ਕਹਿੰਦੇ ਹੁੰਦੇ ਆ 1/4 10% ਵਾਲੇ ਨੂੰ 1/10 ਤਾਂ ਇਸ ਨੂੰ ਆਪਾਂ ਰੇਸ਼ੋ ਦੇ ਵਿੱਚ ਲਿਖ ਸਕਦੇ ਆਂ ਠੀਕ ਹੈ ਇੱਥੇ ਆਏਗਾ 5 ਦੇਖੋ ਉੱਪਰਲਾ ਇਸ ਵਾਰ ਘਟੇਗਾ ਕਿਉਂਕਿ ਛੋਟ ਹੈਗੀ ਠੀਕ ਹੈ ਇੱਥੇ 4 ਰਹਿ ਜਾਏਗਾ ਇੱਥੇ 4 4 3 ਇੱਥੇ ਰਹਿ ਜਾਏਗਾ 10 9 ਹੁਣ ਉਸ ਤੋਂ ਬਾਅਦ ਆਪਾਂ ਨੇ ਗੁਣਾ ਕਰਨੀ ਹੁੰਦੀ ਹੈਗੀ ਠੀਕ ਹੈ ਅ 5 ਚੋਕਾ 20 20 ਦਾ 200 ਇੱਥੇ ਆ ਜਾਏਗਾ 200 ਠੀਕ ਹੈ ਇਹਨਾਂ ਦੀ ਹੁਣ ਆਪਾਂ ਇੱਥੇ ਗੁਣਾ ਬਾਕੀਆਂ ਦੀ ਕਰ ਲਾਂਗੇ ਠੀਕ ਹੈ ਤਾਂ 5 ਚੋਕਾ 20 ਸੌਰੀ 4*3=12 12*9=108 ਹੁੰਦਾਗਾ ਇੱਥੇ ਦੇਖੋ 200 ਦੀ ਵਸਤੂ ਸੀਗੀ 108 ਦੀ ਰਹਗੀ 200 ਵਾਲੀ ਵਸਤੂ ਦੇਖੋ 200 ਰੁਪਏ ਦੀ ਆਪਾਂ ਨੇ ਖਰੀਦੀ ਸੀਗੀ ਠੀਕ ਹੈ ਤੇ 108 ਦਾ ਉਸਤਾ ਵੈਲਿਊ ਰਹਿ ਜਾਂਦੀ ਹੈਗੀ ਠੀਕ ਹੈ ਤਾਂ ਇਸ ਤਰੀਕੇ ਦੇ ਨਾਲ ਆਪਾਂ ਇਸ ਨੂੰ ਸੋਲਵ ਕਰ ਸਕਦੇ ਹਾਂ ਤੇ ਜੇਕਰ ਆਪਾਂ ਨੂੰ ਪੁੱਛਿਆ ਜਾਵੇ ਕਿ ਇਸ ਦੇ ਵਿੱਚ ਡਿਸਕਾਊਂਟ ਕਿੰਨੇ ਦਾ ਹੋਇਆ ਉਹ ਆਪਾਂ ਇਸ ਦੇ ਵਿੱਚੋਂ ਘਟਾ ਕੇ ਦੇਖ ਸਕਦੇ ਹਾਂ 200 ਦੇ ਵਿੱਚੋਂ 108 ਨੂੰ ਜਦੋਂ ਘਟਾਵਾਂਗੇ ਦੂਜੇ ਤਰੀਕੇ ਦੇ ਨਾਲ ਜੇਕਰ ਇਸ ਨੂੰ ਸੋਲਵ ਕੀਤਾ ਜਾਵੇ ਸਵਾਲ ਨੂੰ ਤਾਂ ਦੇਖੋ ਉਹ ਕਿਸ ਤਰ੍ਹਾਂ ਹੋਏਗਾ 200 ਦੀ ਵਸਤੂ ਸੀਗੀ ਠੀਕ ਹੈ ਉਸ ਦੇ ਵਿੱਚ 20% ਦਾ ਜਦੋਂ ਡਿਸਕਾਊਂਟ ਲੱਗ ਗਿਆ 20% ਦਾ ਡਿਸਕਾਊਂਟ ਦੇਖੋ ਅ 20 ਦਾ 10% ਕੱਢਾਂਗੇ 20 ਹੁੰਦਾਗਾ 20% ਦਾ ਡਿਸਕਾਊਂਟ 40 ਹੋ ਗਿਆ 160 ਦੀ ਵਸਤੂ ਰਹੇਗੀ 200 ਦੇ ਵਿੱਚੋਂ 40 ਜਦੋਂ ਆਪਾਂ ਨੇ ਘਟਾਇਆ ਠੀਕ ਹੈ ਉਸ ਤੋਂ ਬਾਅਦ ਇੱਥੇ ਆਪਾਂ ਨੇ 25% ਦਾ ਡਿਸਕਾਊਂਟ ਫਿਰ ਤੋਂ ਲਗਾਣੇਗਾ 25% ਦਾ ਡਿਸਕਾਊਂਟ ਲਗਾਉਣ ਦਾ ਮਤਲਬ ਹੁੰਦਾਗਾ 16 ਪਰਸੈਂਟ 16 10% ਹੋ ਗਿਆ 16 ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਨੇ 25% ਕੱਢਣਾ ਹੈ 16 ਤੇ 16 32 ਹੁੰਦਾਗਾ 32 ਦਾ ਅੱਧ ਕਰ ਲਓ ਆ 16 ਦਾ ਅੱਧ ਕਰ ਲਓ 8 ਠੀਕ ਹੈ 40 ਇੱਥੇ ਫੇਰ 40 ਆ ਜਾਏਗਾ ਮਤਲਬ ਕਿ 25 ਕੱਢਣਾ ਹੈ ਦੋ ਵਾਰੀ ਪੂਰਾ ਜੋੜ ਦੇ ਇੱਕ ਵਾਰੀ ਅੱਧਾ ਤਾਂ ਇਸਦੀ ਵੈਲਿਊ ਹੋ ਜੇਗੀ ਦੇਖੋ 25 ਇਸ ਦੇ ਵਿੱਚੋਂ 160 ਦੇ ਵਿੱਚੋਂ 40 ਜਦੋਂ ਆਪਾਂ ਘਟਾਵਾਂਗੇ ਤਾਂ ਇੱਥੇ ਆਪਣਾ 120 ਆ ਜਾਏਗਾ ਉਸ ਤੋਂ ਬਾਅਦ 10% ਤਾਂ ਫੇਰ ਤੋਂ ਡਿਸਕਾਊਂਟ ਲਗਾਣੇਗਾ 10% 120 ਦਾ 10% ਕਿੰਨਾ ਹੁੰਦਾਗਾ 12 120 ਦੇ ਵਿੱਚੋਂ 12 ਘਟਾ ਲਓ ਇੱਥੇ ਆਪਣਾ ਇਸ ਦਾ ਅਨਸਰ ਆ ਜਾਏਗਾ 108 ਉਹੀ ਆਪਣਾ ਜਿਹੜਾ ਪਹਿਲਾਂ ਅਨਸਰ ਆਇਆ ਸੀਗਾ ਇਹੀ ਇਸ ਦਾ ਦੇਖੋ ਅਨਸਰ ਨਿਕਲ ਕੇ ਸਾਹਮਣੇ ਆ ਰਹੇਗਾ ਉਸ ਤੋਂ ਬਾਅਦ ਦੇਖੋ ਅਗਲੀ ਗੱਲ ਆਪਾਂ ਕੀ ਕਰਨ ਜਾ ਰਹੇ ਹਾਂ ਕਿ ਜਿਵੇਂ ਕਿ ਆਪਾਂ ਕੋਈ ਵਸਤੂ ਖਰੀਦਣ ਜਾਂਦੇ ਹਾਂ ਕਿਸੇ ਦੁਕਾਨ ਤੋਂ ਠੀਕ ਹੈ ਤਾਂ ਦੇਖੋ ਇੱਕ ਰਵਾਇਤੀ ਇੱਕ ਤਰ੍ਹਾਂ ਚੱਲੀ ਹੋਈ ਹੈ ਕਿ ਰੇਟ ਤਲਵਾਣੀ ਹੁੰਦੇ ਹਨ ਜਿਆਦਾਤਰ ਗੱਲ ਕੀ ਕਰਦੇ ਨੇ ਕਿ ਕੋਈ ਵਸਤੂ ਹੁੰਦੀ ਹੈ ਕਿ ਉਸ ਦਾ ਰੇਟ ਆਪਾਂ ਨੇ ਤੜਵਾਉਣੀ ਤੜਵਾਣੇ ਹੈ ਨਾ ਚਾਹੇ ਉਹ ਕਿੰਨੇ ਦੀ ਵੀ ਮਰਜ਼ੀ ਹੋਵੇ ਇਸੇ ਤਰ੍ਹਾਂ ਫਿਰ ਉਹ ਦੁਕਾਨਦਾਰਾਂ ਨੇ ਵੀ ਆਪਣੇ ਦਿਮਾਗ ਦੇ ਵਿੱਚ ਸੈੱਟ ਕਰ ਲਿਆ ਕਿ ਰੇਟ ਤਾਂ ਇਹਨਾਂ ਨੇ ਤੜਵਾਉਣੀ ਹੈ ਤਾਂ ਆਪਾਂ ਨੇ ਉਸ ਨੂੰ ਕਿਉਂ ਨਾ ਵੱੱਦ ਲਗਾ ਕੇ ਦੱਸ ਦਿੱਤਾ ਜਾਵੇ ਹੈ ਨਾ ਤਾਂ ਜਿਵੇਂ ਕਿ ਦੇਖੋ ਕੋਈ 1000 ਰੁਪਏ ਦੀ ਵਸਤੂ ਹੈਗੀ ਠੀਕ ਹੈ ਤਿੰਨ ਚੀਜ਼ਾਂ ਦੇਖੋ ਆਪਾਂ ਇਸ ਤੇ ਵਿੱਚ ਗੱਲ ਕਰਾਂਗੇ ਇੱਕ ਤਾਂ ਹੁੰਦਾ ਹੈ ਖਰੀਦ ਮੁੱਲ ਇੱਕ ਹੁੰਦਾ ਹੈ ਵੇਚ ਮੁੱਲ ਤੇ ਇੱਕ ਹੁੰਦਾ ਹੈ ਅੰਕਿਤ ਮੁੱਲ ਠੀਕ ਹੈ ਖਰੀਦ ਮੁੱਲ ਮੰਨ ਲਓ 1000 ਰੁਪਏ ਸੀਗਾ ਕਿਸੇ ਵਸਤੂ ਦਾ ਠੀਕ ਹੈ ਉਹ ਦੁਕਾਨਦਾਰ ਨੇ ਆਪਣੇ ਦਿਮਾਗ ਦੇ ਵਿੱਚ ਫਿੱਟ ਕਰ ਲਿਆ ਕਿ ਆਪਾਂ ਨੇ ਇਸ ਚੀਜ਼ ਨੂੰ 1200 ਦਾ ਵੇਚਣਾ ਹੈਗਾ ਠੀਕ ਹੈ 1200 ਦਾ ਵੇਚਣਾ ਤਾਂ ਉਸ ਨੇ ਪਹਿਲੀ ਜਿਹੜਾ ਰੇਟ ਉਸ ਦਾ ਫਿਕਸ ਕਰ ਲਿਆ ਉਹ ਕਰ ਲਿਆ 1500 ਦਾ ਕਿ ਲੇਡੀਜ਼ ਨੇ ਤਲਵਾਣੀ ਹੈਗਾ 300 ਰੁਪਏ ਇਸ ਦਾ ਠੀਕ ਹੈ ਤਾਂ ਉਸ ਨੇ ਮਤਲਬ ਕਿ 1500 ਰੁਪਏ ਉਸ ਨੇ ਇੱਕ ਤਰ੍ਹਾਂ ਫਿਕਸ ਕਰ ਲਿਆ ਆਪਣੇ ਕੋਲ ਤਾਂ ਦੇਖੋ ਕੋਈ ਉਸ ਦੇ ਉਸ ਦੇ ਕੋਲ ਗਾਹਕ ਆਇਆ ਕਿ ਆ ਚੀਜ਼ ਕਿੰਨੇ ਦੀ ਹੈ ਠੀਕ ਹੈ ਉਸ ਨੇ ਕਿਹਾ ਜੀ 1500 ਦੀ ਹੈ ਠੀਕ ਹੈ ਇਸ ਤਰ੍ਹਾਂ ਉਹ ਕਰਦੇ ਕਰਦੇ ਕਹਿੰਦਾ ਜੀ 1400 ਦੇ ਦਿਓ ਚਲੋ ਤੁਸੀਂ ਠੀਕ ਹੈ ਪੱਕੇ ਗਾਹਕ ਨੂੰ 1400 ਦੇ ਦਿਓ ਇਸ ਤਰ੍ਹਾਂ ਕਰਦੇ ਕਰਦੇ ਉਹ ਕਹਿੰਦੇ ਨਾ ਪਈ ਅਸੀਂ ਤਾਂ 1200 ਦੀ ਲੈਣੀ ਹੈ ਠੀਕ ਹੈ 1200 ਤੇ ਗੱਲ ਨਿਬੜ ਗਈ ਆ ਕਿ ਤਾਂ ਗਾਹਕ ਵੀ ਖੁਸ਼ ਤੇ ਦੁਕਾਨਦਾਰ ਵੀ ਖੁਸ਼ ਦੋਨੋਂ ਖੁਸ਼ ਤਾਂ ਦੇਖੋ ਇੱਥੇ ਛੋਟ ਕਿੰਨੇ ਦੀ ਦਿੱਤੀ ਗਾਹਕ ਨੂੰ ਉਸਨੇ 300 ਦੀ ਮਤਲਬ ਕਿ ਉਸ ਨੂੰ ਲਾਭ ਕਿੰਨਾ ਹੋਇਆ ਦੇਖੋ ਖਰੀਦ ਮੁੱਲ ਹੈ ਖਰੀਦ ਮੁੱਲ ਤੋਂ ਵੇਚ ਹੈਗਾ ਜਦੋਂ ਉਸਨੇ ਵਿਅਕਤੀ ਨੇ ਤਾਂ ਉਹ ਉਸ ਤੋਂ ਉਸ ਨੂੰ ਲਾਭ ਹੁੰਦਾ ਹੈਗਾ ਦੇਖੋ 1000 ਦੀ ਵਸਤੂ ਖਰੀਦੀ ਸੀ ਕਿ ਦੁਕਾਨਦਾਰ ਨੇ 1200 ਦੀ ਵੇਚਤੀ 1000 ਦੀ ਖਰੀਦ ਕੇ 1200 ਵੇਚ ਰਿਹਾ ਤਾਂ ਉਸ ਨੂੰ 200 ਦਾ ਲਾਭ ਹੋ ਗਿਆ ਤੇ ਉਸਨੇ ਦੇਖੋ ਉਸ ਵਿਅਕਤੀ ਨੇ ਅੰਕਿਤ ਮੁੱਲ ਕਿੰਨਾ ਕੀਤਾ ਸੀਗਾ ਫਿਕਸ ਕਿੰਨਾ ਕਰਤਾ ਸੀਗਾ ਰੇਟ 1500 ਕਿ ਕਿੰਨੇ ਦੀ ਵੇਚੀ ਹੈਗੀ 3500 ਦੀ ਤਾ ਕਰਕੇ ਉਸ ਨੂੰ ਦੇਖੋ ਛੋਟ ਕਿੰਨੇ ਦੀ ਦਿੱਤੀ ਮਤਲਬ ਕਿ 300 ਦੀ ਉਸ ਨੇ ਛੋਟ ਦੇ ਦਿੱਤੀ ਉਸ ਵਸਤੂ ਤੇ ਠੀਕ ਹੈ ਇਹ ਚੀਜ਼ ਦਾ ਦੇਖੋ ਆਪਾਂ ਨੂੰ ਪਤਾ ਲੱਗ ਗਿਆ ਇਸ ਦੇ ਵਿੱਚ ਦੇਖੋ ਆਪਾਂ ਨੂੰ ਇਹ ਚੀਜ਼ ਤਾਂ ਪਤਾ ਲੱਗ ਗਿਆ ਕਿ ਕਿੰਨਾ ਇਸ ਨੂੰ ਲਾਭ ਹੋਇਆ ਕਿੰਨਾ ਹਾਨੀ ਇਸ ਤੋਂ ਬਾਅਦ ਵੀ ਕਿੰਨੀਆਂ ਚੀਜ਼ਾਂ ਹੁੰਦੀਆਂ ਨੇ ਇਸ ਤੋਂ ਵਿੱਚ ਇੱਕ ਹੁੰਦਾ ਹੈਗਾ ਦੇਖੋ ਇਸ ਦੇ ਵਿੱਚ ਖਰੀਦ ਮੁੱਲ ਹੋ ਗਿਆ ਠੀਕ ਹੈ ਵੇਚ ਮੁੱਲ ਹੋ ਗਿਆ ਅੰਕਿਤ ਮੁੱਲ ਹੋ ਗਿਆ ਇਸ ਤੋਂ ਬਾਅਦ ਹੁੰਦਾ ਹੈਗਾ ਲਾਭ ਠੀਕ ਹੈ ਲਾਭ ਹੋ ਗਿਆ ਠੀਕ ਹੈ ਇਸ ਨੂੰ ਆਪਾਂ ਇੱਥੇ ਲਿਖ ਲਿਆ ਲਾਭ ਠੀਕ ਹੈ ਉਸ ਤੋਂ ਬਾਅਦ ਹੋਗੀ ਛੋਟ ਠੀਕ ਹੈ ਇਹ ਚੀਜ਼ ਦੇਖੋ ਆਪਾਂ ਨੇ ਸਾਰੀਆਂ ਚੀਜ਼ਾਂ ਲਿਖ ਲਈਆਂ ਉਸ ਤੋਂ ਬਾਅਦ ਜੇਕਰ ਆਪਾਂ ਨੂੰ ਪੁੱਛ ਲਿਆ ਜਾਵੇ ਕਿ ਕਿੰਨੇ ਪਰਸੈਂਟ ਲਾਭ ਹੋਏਗਾ ਲਾਭ ਨਿਕਲਦਾ ਹੁੰਦਾ ਹੈ ਖਰੀਦ ਮੁੱਲ ਤੇ ਛੋਟ ਨਿਕਲਦੀ ਹੁੰਦੀ ਹੈ ਅੰਕਿਤ ਮੁੱਲ ਤੇ ਦੇਖੋ ਤੁਹਾਨੂੰ ਲਾਭ ਪਰਸੈਂਟ ਕੱਢ ਕੇ ਦਿਖਾਉਣੇ ਆ ਉੱਪਰ ਲਿਖ ਲਓ ਲਾਭ ਕਿੰਨੇ ਦਾ ਹੋਏਗਾ ਲਾਭ ਹੋਏਗਾ 200 ਦਾ ਖਰੀਦ ਮੁੱਲ ਕਿੰਨਾ ਸੀਗਾ ਉਹ ਲਿਖ ਦਾਂਗੇ نیچے 1000 ਗੁਣਾ ਕਰ ਲਓ ਇਸ ਦੀ 100 ਦੇ ਨਾਲ ਠੀਕ ਹੈ ਗੁਣਾ ਜਦੋਂ 100 ਦੇ ਨਾਲ ਕਰਾਂਗੇ ਦੋ ਜ਼ੀਰੋਆਂ ਦੇ ਨਾਲ ਆਹ ਦੋ ਜ਼ੀਰੋ ਕੱਟ ਦੋ a0 ਦੇ ਨਾਲ a0 ਕੱਟ ਦੋ ਮਤਲਬ ਕਿ ਦੇਖੋ ਇੱਥੇ ਰਹਿ ਗਿਆ 10 ਇੱਥੇ ਰਹਿ ਗਿਆ 2 ਮਤਲਬ ਕਿ 20% ਉਸ ਨੂੰ ਲਾਭ ਹੋਏਗਾ ਉਸ ਵਿਅਕਤੀ ਨੂੰ ਉਸ ਤੋਂ ਬਾਅਦ ਦੇਖੋ ਜੇਕਰ ਆਪਾਂ ਨੇ ਕੱਢਣੀ ਹੈ ਕਿ ਛੋਟ ਕਿੰਨੀ ਛੋਟ ਦਿੱਤੀ ਹੈਗੀ ਉਸ ਵਿਅਕਤੀ ਨੇ ਕਿੰਨੇ ਪਰਸੈਂਟ ਛੋਟ ਦਿੱਤੀ ਹੈ ਜਿਵੇਂ ਕਿ ਆਪਾਂ ਕਹਿੰਦੇ ਆਏ ਪਿਛਲੇ ਸਵਾਲਾਂ ਦੇ ਵਿੱਚ ਕਿ 10% ਛੋਟ ਤੋਂ ਬਾਅਦ ਕੋਈ ਵਸਤੂ ਇੰਨੇ ਦੀ ਰਹੇਗੀ ਤਾਂ ਉਹ ਦੇਖੋ ਹੁਣ ਕਿੰਨੇ ਦੀ ਛੋਟ ਦਿੱਤੀ ਹੈ 300 ਦੀ 300 ਨੂੰ ਲਿਖ ਲਓ ਉੱਪਰ نیچے ਲਿਖ ਲਓ ਕਿੰਨੇ ਉਸਨੇ ਫਿਕਸ ਕੀਤਾ ਸੀਗਾ ਪ੍ਰਾਈਸ ਕਿੰਨਾ ਕੀਤਾ ਸੀਗਾ 1500 ਗੁਣਾ ਕਰ ਲਓ 100 ਦੇ ਨਾਲ ਠੀਕ ਹੈ ਉਸ ਤੋਂ ਬਾਅਦ ਦੇਖੋ ਆਪਾਂ ਦੋਨੇ ਜ਼ੀਰੋ ਕੱਟ ਲਓ ਠੀਕ ਹੈ 5 3 15 ਹੁੰਦਾਗਾ ਠੀਕ ਹੈ ਤੰਨੇ ਇੱਕਮ ਤੰਨ ਹੁੰਦਾਗਾ ਮਤਲਬ ਕਿ نیچے 5 ਰਹਿ ਗਿਆ 5 1 5 20 500 ਮਤਲਬ ਕਿ 20% ਦੀ ਛੋਟ ਉਸ ਵਿਅਕਤੀ ਨੇ ਦਿੱਤੀ ਹੈਗੀ ਆਪਣੇ ਕਸਟਮਰ ਨੂੰ ਉਸ ਤੋਂ ਬਾਅਦ ਦੇਖੋ ਅਗਲੇ ਸਵਾਲ ਦੇ ਵੱਲ ਵਧਦੇ ਆ ਇਸੇ ਸਟੇਟਮੈਂਟ ਇਸ ਦੇ ਨਾਲ ਦੀ ਹੋਏਗੀ ਦੇਖੋ ਇੱਕ ਦੁਕਾਨਦਾਰ ਕੋਈ ਵਸਤੂ 100 ਰੁਪਏ ਦੇ ਵਿੱਚ ਖਰੀਦਦਾ ਹੈਗਾ ਠੀਕ ਹੈ 100 ਰੁਪਏ ਦੇ ਵਿੱਚ ਉਸਨੇ ਵਸਤੂ ਖਰੀਦੀ ਹੈਗੀ ਠੀਕ ਹੈ ਆਪਣੇ ਇਸ ਤੇ ਲਿਖ ਲਿਆ ਖਰੀਦ ਮੁੱਲ ਠੀਕ ਹੈ ਅਤੇ 50 ਰੁਪਏ ਜ਼ਿਆਦਾ ਅੰਕਿਤ ਕਰਤਾ ਉਸਦਾ ਮੁੱਲ ਅੰਕਿਤ ਮੁੱਲ ਕਿੰਨਾ ਹੋ ਗਿਆ ਉਸਦਾ 150 ਹੋ ਗਿਆ 50 ਰੁਪਏ ਜ਼ਿਆਦਾ ਦਾ ਉਸਨੇ ਅੰਕਿਤ ਕਰਕੇ ਦੱਸਤਾ ਆਪਣੇ ਗਾਹਕ ਨੂੰ ਤੇ ਉਸ ਤੋਂ ਬਾਅਦ ਗਾਹਕ ਨੂੰ 30 ਰੁਪਏ ਦੀ ਛੋਟ ਕਰਤੀ ਠੀਕ ਹੈ ਛੋਟ ਕਰਤੀ ਉਸਨੇ ਕਿੰਨੇ ਦੀ ਉਸਨੇ ਛੋਟ ਕਰਤੀ 30 ਰੁਪਏ ਦੀ ਠੀਕ ਹੈ ਤਾਂ ਲਾਭ ਜਾਂ ਹਾਨੀ ਪ੍ਰਤੀਸ਼ਤ ਪਤਾ ਕਰੋ ਠੀਕ ਹੈ ਉਸਨੇ ਜਦੋਂ 30 ਰੁਪਏ ਦੀ ਦੇਖੋ ਛੋਟ ਕਰਤੀ ਗਾਹਕ ਨੂੰ ਠੀਕ ਹੈ ਛੋਟ ਕਿਸ ਚੀਜ਼ ਤੇ ਹੁੰਦੀ ਹੈ ਅੰਕਿਤ ਮੁੱਲ ਤੇ ਮਤਲਬ ਕਿ ਬੇਚ ਮੁੱਲ ਕਿੰਨਾ ਹੋਏਗਾ ਦੇਖੋ ਬੇਚ ਮੁੱਲ ਕਿੰਨਾ ਹੋਏਗਾ 150 ਦੇ ਵਿੱਚੋਂ 30 ਘਟਾਵਾਂਗੇ 120 ਰੁਪਏ ਇਸ ਦਾ ਬੇਚ ਮੁੱਲ ਹੋ ਜਾਏਗਾ ਠੀਕ ਹੈ ਜੇਕਰ ਹੁਣ ਲਾਭ ਦੇਖਿਆ ਜਾਵੇ ਲਾਭ ਕਿੰਨਾ ਕਮਾਰੇਗਾ ਉਹ ਵਿਅਕਤੀ ਲਾਭ ਕਿੰਨਾ ਕਮਾਰੇਗਾ ਉਹ ਵਿਅਕਤੀ 100 ਰੁਪਏ ਦੀ ਖਰੀਦੀ ਸੀਗੀ ਵੇਚੀ ਕਿੰਨੇ ਦੀ 120 ਦੀ ਤਾਂ ਉਹ 20 ਰੁਪਏ ਲਾਭ ਕੁਮਾਰ ਜਦੋਂ ਇਹ ਚੀਜ਼ਾਂ ਦੇਖੋ ਇੰਨੀਆਂ ਚੀਜ਼ਾਂ ਆਪਣੇ ਕੋਲ ਨਿਕਲ ਗਈਆਂ ਤਾਂ ਆਪਾਂ ਲਾਭ ਪ੍ਰਤੀਸ਼ਤ ਤੇ ਹਾਨੀ ਪ੍ਰਤੀਸ਼ਤ ਬੈਰੀ ਈਜ਼ੀ ਪਤਾ ਕਰ ਸਕਦੇ ਆ ਲਾਭ ਪ੍ਰਤੀਸ਼ਤ ਪਤਾ ਕਰਨਾ ਹੈਗਾ ਲਾਭ ਪ੍ਰਤੀਸ਼ਤ ਵਾਸਤੇ ਲਾਭ ਲਿਖ ਲਾਂਗੇ ਉੱਪਰ ਵਟਾ ਲਿਖ ਲਾਂਗੇ ਇਸ ਦਾ ਵਟੇ ਦੇ ਵਿੱਚ ਆਪਾਂ ਇਸ ਦਾ ਲਿਖ ਲਾਂਗੇ 100 ਮਤਲਬ ਕਿ ਖਰੀਦ ਮੁੱਲ ਗੁਣਾ ਕਰ ਲੋ 100 ਦੇ ਨਾਲ 100 ਦੇ ਨਾਲ 100 ਕੱਟ ਗਿਆ 20 ਪਰਸੈਂਟ ਇਸ ਦਾ ਜਿਹੜਾ ਇਸ ਨੂੰ ਪ੍ਰੋਫਿਟ ਹੋਇਆ ਸੀਗਾ 20% ਉਸ ਤੋਂ ਬਾਅਦ ਜੇਕਰ ਛੋਟ ਪਰਸੈਂਟ ਪਤਾ ਕਰਨੀ ਹੋਵੇ ਕਿੰਨੇ ਦੀ ਛੋਟ ਹੋਈਏਗੀ ਤਾਂ ਆਪਾਂ ਛੋਟ ਨੂੰ ਉੱਪਰ ਲਿਖ ਲਾਂਗੇ ਛੋਟ ਕਿੰਨੇ ਦੀ ਹੋਈਏਗੀ 30 ਦੀ ਨੀਚੇ ਲਿਖ ਲਾਂਗੇ ਆਪਾਂ ਅੰਕਿਤ ਮੁੱਲ 150 ਗੁਣਾ ਕਰ ਲਓ 100 ਦੇ ਨਾਲ ਠੀਕ ਹੈ ਉਹੀ ਸਵਾਲ ਹੈਗਾ ਜਿਹੜਾ ਆਪਾਂ ਪਿੱਛੇ ਕੀਤਾ ਸੀਗਾ ਉਹ 1000 ਸੀਗਾ ਇਸ ਦੇ ਵਿੱਚ 100 ਦੀ ਗੱਲ ਕੀਤੀ ਹੈਗੀ ਤਾਂ ਉਸ ਤੋਂ ਬਾਅਦ ਦੇਖੋ ਅਗਲੇ ਪ੍ਰਸ਼ਨ ਦੇ ਵੱਲ ਵਧਦੇ ਹਾਂ ਲਾਸਟ ਸਵਾਲ ਹੈਗਾ ਇਹ ਇੱਕ ਦੁਕਾਨਦਾਰ ਕਿਸੇ ਵਸਤੂ ਤੇ 20% ਦੀ ਛੋਟ ਦਿੰਦਾ ਹੈਗਾ ਠੀਕ ਹੈ ਤੇ 160 ਰੁਪਏ ਦੀ ਵੇਚ ਦਿੰਦਾ ਹੈਗਾ ਉਹ ਛੋ ਠੀਕ ਹੈ ਤਾਂ ਅੰਕਿਤ ਮੁੱਲ ਪਤਾ ਕਰਨਾ ਹੈਗਾ ਆਪਾਂ ਨੇ ਦੇਖੋ ਕੋਈ ਵਸਤੂ ਸੀਗੀ 100% ਜਾਂ ₹100 ਉਸਦਾ ਰੇਟ ਸੀਗਾ ਠੀਕ ਹੈ ਤੇ ਉਸ ਦੀ ਜਿਹੜੀ ਛੋਟ ਕੀਤੀ ਉਸਨੇ 20% ਦੀ ਛੋਟ ਕੀਤੀ ਤਾਂ 80 ਦੀ ਰਹਿ ਗਈ ਉਹ ਵਸਤੂ ਠੀਕ ਹੈ 80 ਦੀ ਵੈਲਿਊ ਆਪਾਂ ਨੂੰ ਦਿੱਤੀ ਪਈ ਹੈ ਇਹ ਬੇਚ ਮੁੱਲ ਠੀਕ ਹੈ ਬੇਚ ਮੁੱਲ ਕਿੰਨਾ ਹੈਗਾ 160 ਦੇਖੋ ਜੇਕਰ ਆਪਾਂ ਦੇਖੀਏ 80 ਤੇ 160 ਦਾ ਆਪਸ ਦੇ ਵਿੱਚ ਕੀ ਰਿਲੇਸ਼ਨ ਹੈਗਾ ਜੇਕਰ ਆਪਾਂ ਰਿਲੇਸ਼ਨ ਆਪਾਂ ਫਾਈਂਡ ਕਰੀਏ ਇਹਨਾਂ ਦੇ ਵਿੱਚਕਾਰ ਦੋ ਗੁਣਾ ਦਾ ਹੈਗਾ ਤਾਂ ਇਹਦੀ ਵੀ ਦੋ ਗੁਣਾ ਕਰ ਲਓ ਇੱਥੇ 200 ਇਸਦਾ ਅਨਸਰ ਨਿਕਲ ਕੇ ਸਾਹਮਣੇ ਆ ਜਾਏਗਾ ਠੀਕ ਹੈ ਤਾਂ ਦੇਖੋ ਇਹ ਸੀਗਾ ਆਪਣਾ ਪ੍ਰੋਫਿਟ ਲਾਸ ਦਾ ਜਿਹੜਾ ਇਸ ਦਾ ਚੈਪਟਰ ਸੀਗੇ ਪ੍ਰੋਫਿਟ ਐਂਡ ਲਾਸ ਦੇ ਜਿਹੜੇ ਸਵਾਲ ਸੀਗੇ ਉਹ ਆਪਣੇ ਇਸ ਤੇ ਕੰਪਲੀਟ ਕਰ ਲੈਨੇਗੇ ਲਗਭਗ ਬਸ ਜਿਹੜੀਆਂ ਟਾਈਪਸ ਸੀਗੀਆਂ ਸਾਰੀਆਂ ਆਪਣੇ ਕਵਰ ਕਰ ਲਈਆਂ ਬਾਕੀ ਜੇਕਰ ਕੋਈ ਇਸ ਤਰ੍ਹਾਂ ਦਾ ਫੇਰ ਵੀ ਸਵਾਲ ਰਹਿ ਜਾਂਦਾ ਹੈਗਾ ਤਾਂ ਉਹ ਆਪਾਂ ਪ੍ਰੈਕਟਿਸ ਸੀਰੀਜ਼ ਦੇ ਵਿੱਚ ਕਵਰ ਕਰ ਲਾਂਗੇ ਕੱਲ ਤੋਂ ਆਪਾਂ ਇਸ ਦਾ ਨੈਕਸਟ ਚੈਪਟਰ ਸਟਾਰਟ ਕਰਾਂਗੇ ਪ੍ਰੋਫਿਟ ਐਂਡ ਲਾਸ ਦਾ ਠੀਕ ਹੈ ਇਹ ਕਲਾਸ ਤੋਂ ਹਨ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਦੋਸਤਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਕਰਨੇਗਾ ਲਾਈਕ ਜਰੂਰ ਕਰ ਦੇਣਾਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਹੈ ਜੇਕਰ ਪਹਿਲੀ ਵਾਰ ਜੁੜ ਰਹੇ ਹੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਕੇ ਪਲੇਲਿਸਟਾਂ ਤੋਂ ਲਿੰਕ ਲੈ ਕੇ ਤੁਸੀਂ ਪਿਛਲੀਆਂ ਸਾਰੀਆਂ ਕਲਾਸਾਂ ਨੂੰ ਦੇਖ ਸਕਦੇ ਹੋ ਹੁਣ ਤੱਕ ਵੀਡੀਓ ਦੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ